ਦੁਰਲਭ ਮਾਨਸ ਦੇ ਓਏ ਸੱਜਣਾ ਆਖ ਹੋਣੀ ਖੇ ਓਏ ਸੱਜਣਾ ਇੱਕ ਦਿਨ ਕੂਚ ਨਗਾਰਾ ਵੱਜਣਾ ਇੱਕ ਦਿਨ ਕੂਚ ਨਗਾਰਾ ਵੱਜਣਾ ਫੇਰ ਨੀ ਕਿਸੇ ਅਟਕਾਉਣਾ ਇਸ ਰੰਗਲੀ ਦੁਨੀਆ ਤੇ ਰੰਗਲੀ ਦੁਨੀਆ ਤੇ ਸੱਜਣਾ ਵਾਰ ਵਾਰ ਨਹੀਂ ਆਉਣਾ ਇਸ ਰੰਗਲੀ ਦੁਨੀਆ ਤੇ ਬੰਦਿਆ ਰੋਜ਼ ਰੋਜ਼ ਨਹੀਂ ਆਉਣਾ
ਲੱਗੇ ਬੂਟੇ ਜਿਹੜੇ ਤਕਦੀਰ ਦੇ ਸੁੱਕਦੇ ਨੇ ਜੀਵਨ ਲਹਿਰ ਫਿਰ ਉਹਨਾਂ ਨੂੰ ਹੋਏ ਪੈਦਾ ਸੋਮੇ ਜ਼ਿੰਦਗੀ ਦੇ ਜਿਹੜੇ ਰੁਕਦੇ ਨੇ ਸ਼ਰਧਾ ਨਾਲ ਜੋ ਤੇਰੇ ਦਰਬਾਰ ਆਵੇ ਪੈਂਡੇ ਉਹਦੇ 84 ਦੇ ਮੁੱਕਦੇ ਨੇ ਪੈਂਡੇ ਉਹਦੇ 84 ਦੇ ਮੁੱਕਦੇ ਨੇ ਸਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਰ ਸਾਲ ਦੀ ਤਰ੍ਹਾਂ ਛੇਵੀਂ ਬਾਬਾ ਨਾਨਕ ਸਾਹਿਬ ਮਹਾਰਾਜ ਜੀ ਦੇ ਅਵਤਾਰ ਧਾਰਨ ਦੀ ਖੁਸ਼ੀ ਅੰਦਰ ਸਲਾਨਾ ਗੁਰਮਤਿ ਸਮਾਗਮ ਜੋੜ ਮੇਲੇ ਦੇ ਰੂਪ ਵਿੱਚ ਸਮੂਹ ਨਗਰ ਨਿਵਾਸੀ ਸਰਬਾ ਸਾਧ ਸੰਗਤ ਨਗਰ ਪਲਾਹੀ ਇਲਾਕਾ ਨਿਵਾਸੀ ਸਰਬਾ ਸਾਧ ਸੰਗਤ ਅਤੇ ਇਸ ਨਗਰ ਦੇ ਬਹੁਤ ਸਾਰੇ ਨੌਜਵਾਨ ਵੀਰ ਵਿਦੇਸ਼ ਦੀ ਧਰਤੀ ਤੇ ਬੈਠੇ ਨੇ, ਕੋਈ ਜਰਮਨ ਹੈ, ਜਪਾਨ ਹੈ, ਯੂਰਪ ਵਿੱਚ ਬਹੁਤ ਸਾਰੇ ਨੌਜਵਾਨ ਵੀਰ, ਇੰਗਲੈਂਡ, ਅਮਰੀਕਾ, ਕੈਨੇਡਾ ਦੀ ਧਰਤੀ ਉੱਤੇ ਬਹੁਤ ਸਾਰੀਆਂ ਸਿੱਖ ਸੰਗਤਾਂ ਇਸ ਨਗਰ ਦਾ ਨਾਂ ਚਮਕਾ ਰਹੀਆਂ ਨੇ। ਗੁਰੂ ਨਾਨਕ ਨਾਮ ਲੇਵਾ ਸਰਬੱਤ ਮਾਈ ਭਾਈ, ਆਪ ਤੁਸੀਂ ਬੜੇ ਹੀ ਪਿਆਰ ਸਤਿਕਾਰ ਸ਼ਰਧਾ ਤੇ ਭਾਵਨਾ ਦੇ ਨਾਲ ਪਾਤਸ਼ਾਹ ਦੇ ਪਾਵਨ ਮੁਕੱਦਸ ਦਰਬਾਰ ਵਿੱਚ ਜਿੱਥੇ ਸਰੀਰ ਰੂਪੀ ਹਾਜ਼ਰੀਆਂ ਲਵਾਉਣ ਵਾਸਤੇ ਗੁਰੂ ਦਰਬਾਰ ਵਿੱਚ ਜੁੜ ਕੇ ਬੈਠੇ ਜੇ, ਦਾਸਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਮਨ ਬਿਰਤੀਆਂ ਇਕਾਗਰ ਕਰੋ, ਸਤਿਗੁਰੂ ਜੀ ਦੇ ਸ਼ਬਦ ਦਾ ਧਿਆਨ ਧਰ ਕੇ ਝੁਕਾਓ ਸੀਸ, ਮਾਰੋ ਚੌਂਕੜੇ, ਸਰਬੱਤ ਮਾਈ ਭਾਈ ਆਪੋ ਆਪਣੀਆਂ ਰਸਨਾ ਤੋਂ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਕੇ ਨਿਹੱਤ ਮਨ ਪ੍ਰਸੰਨ ਹੈ। ਆਪ ਤੁਸੀਂ ਧੰਤਾ ਜੋਗ ਜੇ ਵੱਡਿਆਂ ਪਾਗਾਂ ਵਾਲੇ ਦੇ ਜੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੁਸੀਂ ਦਸਾਂ ਨੋਹਾਂ ਦੀ ਕਿਰਤ ਕਮਾਈ ਨੂੰ ਸਫਲ ਬਣਾਉਂਦਿਆਂ ਹੋਇਆਂ ਜੋ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਕੇ ਬੈਠੇ ਜੀ, ਇਹ ਤਿੰਨ ਰੋਜ਼ਾ ਗੁਰਮਤਿ ਸਮਾਗਮ ਅੱਜ ਆਪ ਤੁਸੀਂ ਦੂਸਰੇ ਦਿਨ ਦੇ ਦੀਵਾਨ ਵਿੱਚ ਹਾਜ਼ਰੀਆਂ ਭਰਨ ਵਾਸਤੇ ਗੁਰੂ ਦਰਬਾਰ ਚ ਇਕੱਤਰ ਹੋਏ ਜੇ। ਆਪ ਜੀ ਨੇ ਮੇਰੇ ਤੋਂ ਪਹਿਲਾਂ ਸਿੱਖ ਪੰਥ ਦੇ ਮਹਾਨ ਕੀਰਤਨੀ ਜਥਿਆਂ ਪਾਸੋਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਉਹਨਾਂ ਪਾਸੋਂ ਆਪ ਜੀ ਨੇ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਜੀਵਨ ਦੇ ਸੰਬੰਧ ਵਿੱਚ ਵੱਡਮੁੱਲੀਆਂ ਵਿਚਾਰਾਂ ਸਰਵਣ ਕੀਤੀਆਂ ਨੇ। ਇਸ ਤੋਂ ਪਹਿਲਾਂ ਇਸ ਸਟੇਜ ਉੱਤੇ ਮੈਂ ਬਹੁਤ ਵਾਰ ਹਾਜ਼ਰੀ ਭਰ ਕੇ ਜਾ ਚੁੱਕਾ ਹਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਚਾਰੇ ਜੰਗਾਂ ਬਹੁਤ ਵਾਰ ਇਸ ਸਟੇਜ ਤੋਂ ਜੋ ਢਾਡੀ ਜਥੇ ਆਪ ਜੀ ਨੂੰ ਸਰਵਣ ਕਰਵਾ ਚੁੱਕੇ ਨੇ, ਆਪ ਜੀ ਨੇ ਚਾਰੇ ਜੰਗਾਂ ਜਿਹੜੀਆਂ ਵੱਡੀਆਂ ਪਾਤਸ਼ਾਹ ਨੇ ਲੜੀਆਂ ਨੇ ਉਹ ਬਹੁਤ ਵਾਰ ਆਪ ਜੀ ਨੇ ਸਰਵਣ ਕੀਤੀਆਂ ਨੇ। ਹੁਣੇ ਹੁਣੇ ਜੋ 21 ਮਈ ਨੂੰ ਗੁਰਦਾਸ ਨੰਗਲ ਦੀ ਗੜੀ ਤੋਂ ਇੱਕ ਨਗਰ ਕੀਰਤਨ ਪ੍ਰਾਰੰਭ ਹੋਇਆ, 29 ਤਰੀਕ ਨੂੰ ਦਿੱਲੀ ਵਿੱਚ ਪਹੁੰਚਿਆ, ਉਹ ਹੈ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ। ਉਸ ਮਹਾਨ ਜਰਨੈਲ ਦਾ 300 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ,
सौ साल बीतण तो बाद आपां नूं शताब्दी कहिंदे आ। बाबा बंदा सिंह बहादुर की शहादत पूरे 300 साल हो जाने ने। वह दिहाड़ा आ रहा 19 जून, अज 12 है, केवल एक हफ्ता है। मैं उस जरनैल के संबंध में कुछ आप नाल विचारां साझियां करनियां चाहता हां। भावें कि गुरदेव पातशाह गुरु हरगोबिंद साहब महाराज जी की पावन याद अंदर आप जुड़ के बैठे हाँ, जो स्टेज सकत्र साहब जी ने, प्रधान साहब जी ने मैनू हुक्म लाया सी कि कोई अजिहा प्रसंग होवे जिहड़ा नवेकला होवे ते समें नाल ढुकदा भी होवे, ओ प्रसंग तुसी संगतां नाल सांझा करना, क्योंकि छेवें पातशाह दा पावन जीवन, उहनां दा अवतार किवें होया, किवें उहनां पातशाह ने अकाल तख्त साहिब दी रचना कीती, किवें कौम नूं लड़दी जाच दसी, किवें गुरदेव पातशाह ने चार जंगां लड़ियां, इस तों पहलां तुहाडे कोलों असीं सरवण कर चुके हां। सो साथियां नाल विचार कीती है, क्यों ना होवे उस महान योधे की गल कीती जावे, जिस महान योधे ने पंजाब दे अंदर 8 साल राज कीता, वो खालसा राज दा बानी है, बाबा बंदा सिंह बहादुर। वो महान जरनैल किवें नदेड़ की धरती तो तुरिया, किवें उन्हें सरहद की इट नाल इट खड़काई, सूबा सरहद वजीर खान मार के साहबजादियां की शहादत का बदला किवें लिया, यह प्रसंग मैं आप गुरु की संगत नाल सांझा करना चाहता। आस है कि गुरु की संगत ये दासां की थोड़ी सेवा प्रवान करेगी। कुछ उस महान जरनैल के मुढ़ले जीवन उत्ते चात मारनी बहुत जरूरी है। पुंछ के इलाके रजौरी नां का छोटा जिहा कस्बा है। पिता भारद्वाज राजपूत रामदेव के घर विच तकरीबन अक्तूबर महीने 1670 ईस्वी विच एक बालक ने जन्म लिया। जन्म लैण तो मापिया ने इहदा नां लक्ष्मण देव रखिया। पिता का मामूली गुजारा सी, वाही खेती का धंधा सी, वाही खेती का मामूली गुजारा होण कारण यह लक्ष्मण देव की उच्ची उचेरी विद्या हासिल ना कर सकिया। इंजीनियर का मुंडा तो इंजीनियर बन सकता आसानी नाल, किसी डाक्टर का मुंडा तो आसानी नाल डाक्टर बन सकता है, किसी वकील का मुंडा आसानी नाल वकील बन सकता है, ते जे कोई बंदा यह कहे कि मैं किरत करके मेहनत मशक्कत करके अपने मुंडे नूं कोई उचेरी विद्या दवा सकां, यह बहुत नामुमकिन बात है। कोई उहदी किस्मत साथ दे दे तां मैं कह नहीं सकदा। पिता का मामूली गुजारा, उचेरी विद्या ना हासिल करना इहदा इक सब तो वड्डा मुख कारण है। पिता दे नाल वाही खेती दे काम विच हाथ वटाउंदा है, हाथ वटाउंदिआं वटाउंदिआं इहदे मन विच अचानक शिकार खेडण दा शौक जाग पिआ। रोजाना दे अभ्यास ने इहनूं ऐसा कि शिकारी बना दित्ता, आला दर्जे दा शिकारी बन गिआ। 15 साल दी इहदी उमर हो गई, नदी तवी के कंढे उत्ते एक दिन शिकार खेड रहा है, सामने एक हिरनी आई है, कढ़िया पत्थे चो तीर, चाड़िया कमान उत्ते सीधिया निशाना, उस हिरनी के पेट च तीर मार दिता। हिरनी खा के घुटली जमीन उत्ते डिगी, नेड़े पहुंचा बगल विचो कढ़िया तिखा खंजर हिरनी के पेट च मारिया, उस हिरनी के पेट च दो जुड़वे बच्चे निकले। हिरनी दी अखां विचों आंसू बह रहे, वह बच्चे दोवें लक्ष्मण देव के सामने तड़फ रहे, आत्मा झंझोड़ी गई। वह लक्ष्मण देव
सात जन्म धार के भी तू अपने सिर तो किते पाप का सा नहीं चुका सकेगा। ये तू बड़ी बज्जर गलती की है, ये तेन एक दिन हिसाब आखिरकार देना पवे। आत्मा कांबा छिड़िया, दिल कंब गया, कमान तोड़ दी, कानियां भर दित्तियां, खंजर वगा के नदी में सुट दी। वह परामता के रूप में अपने घर में आ गया, ना दिने चैन है ना राती चैन है। जो मनुख किसी गलत तो अपराम हो जाए, अमूमन तौर पर उसका किसी नाल गल करन वास्ते जी नहीं करता। परिवार वाले कई बार पुछते ने किहड़ी गल की चिंता लग गई है, की दुख लग गया, तुसी बोलते क्यों नहीं। उस मनुख का इको जवाब होंदा, बहुता मैं डिस्टर्ब ना करो, बहुता मेरा मर्ज ना खराब करो, जाओ अपना जाके काम करो। वो फिर परिवार को झिड़क के पिछे हटा दिंदा। ते जदो उहदे मन की कोई तसली उहनूं कोई सकून मिल जाए, फिर अपने दिल की भड़ास कढ के परिवार के नाल दुख सुख साझा करदा। लक्ष्मण देव का मन झंझोड़िया गया, ना दिने चैन ना राती चैन। इस रस्ते एक बैरागी साधुआं की मंडली विचरती है, उस साधुआं की मंडली दे विच एक जानकी प्रसाद है। उस जानकी प्रसाद दे सुने बचन ते मन नूं कुछ मिलिया सकून, इन्हें घर बार छड्डिया, अपना गुरु धारण करके जानकी प्रसाद दे नाल जो कि अगली मंजिल नूं रवाना हो गया। जानकी प्रसाद ने इहदा नाम लक्ष्मण देव तो बदल के माधोदास वैरागी रख दिता। वख-वख तीर्थां दे भ्रमण करदा करदा कसूर लाके बाबा राम थम्मण जी दा स्थान, वैसाखी का जोड़ मेला लगता सी उत्थे। जिहड़े लोग पाकिस्तान तो आए ने, कसूर लागू आए ने, उन्हां नूं पता होगा ये बाबा राम थम्मण जी कौन ने। इन्हें धन गुरु नानक देव महाराज जी के मासी के पुत भरा। एक बार धन गुरु नानक देव महाराज जी के कोल माता तृप्ता दे कोल इन्हां दे भैण जी मिलन वास्ते आए, ते भाणजे वास्ते सोहणे सोहणे खडौणे लियांदे, वस्त्र लियांदे चंगे, ते कहिंदे ने कि धन गुरु नानक देव महाराज बाल अवस्था विच सन, खेड रहे सन अपनी मौज विच, ते दोवे भैणां बैठियां ने दुख सुख सांझा कर रहियां ने। ते कहिंदे ने कि तृप्ता दी भैण ने कहा, नहीं तृप्ता लाल तां तेरे घर होया, लाल तां है बड़ा सोहणा, बड़ा सोहणा वेखण नूं लगदा, पर मैनूं इउं लगदा कोई मस्त मलंग च आई है, अपनी मौज विच ही मस्त रहिंदा, कि इहनूं पता नहीं कि मासी आई है, मासी खडौणे लै के आई है, मासी तेरे वास्ते चंगे वस्त्र लैके आई है, कोल नहीं मेरे आउंदा। ते कहिंदे ने कि उन्हां दिनां दे विच भैण तृप्ता दी भैण दे घर विच बाल होण वाला सी। सतगुरु जी दे कन्नां विच आवाज पई नेड़े आण के, कहिंदे ने मासी जिहड़ा तेरी कुखों लाल होवेगा मेरे नाल वध कमला होवेगा, जिहड़ा तेरी कुखों लाल होवेगा ना उह मेरे नाल वध कमला होवेगा। बड़े महान जोगी होए ने बाबा राम थम्मण, महान तपस्वी होए ने। यह धन गुरु नानक देव महाराज के मासी के पुत भरा सन। इत्थे एक होर गुरु धारण किया, इहदा नाम सी रामदास। वख-वख तीर्थां दे फेर भ्रमण करदा करदा जो नासक पहुंचिया, नासक दरिया रावी के कंढे उत्ते इहने इक अपनी झोंपड़ी बना ली। झोंपड़ी बना के लगा तप करन, इत्थे एक बुढ़ा जोगी अगड़नाथ आया, इहदी बड़ी इहने मन च तला के सेवा कीती। उह बुढ़ा जोगी अगड़नाथ कहिंदा, माधोदास मेरे कोल है कि जंतरा मंत्रा तंत्रा वाली पोथी, याद रख तू मेरी इन्ना इन्नी सेवा कीती है, आ मेरी पोथी दा जदों तू अध्ययन करेगा रिधियां सिद्धियां तेरे चरणा ते झुक जाणगियां, तेनू मन वाचक फल प्राप्त होवेगा, याद रख मैं तेनू पोथी दे रहा हाँ, मैं अगले जहान नूं कूच कर रहा। जोगी अगड़नाथ ने पोथी दे दित्ती, बुढ़ा जोगी अगड़नाथ चलाना कर गया। हुण पोथी दा कीता अध्ययन, इहने करके अध्ययन जदों कीती उहदी वरतों, हिरदियां सिद्धियां दा बन गया मालक, कैपी ताकत दे नाल इह लोकां नूं लगा अपने चरणा ते झुकाउण। लोड़ां वारे आदमी इहदे चरणा ते आण के झुकदे ने, झुकिया अपना डेरा डंडा,
ਇਹ ਨੰਦੇੜ ਪਹੁੰਚ ਗਿਆ। ਇੱਥੇ ਗੋਦਾਵਰੀ ਦੇ ਕੰਢੇ ਉੱਤੇ ਇੱਕ ਖੁੱਲਾ ਆਸ਼ਰਮ ਲੱਗਣ ਤਿਆਰ ਕਰਕੇ ਇਹਨੇ ਇੱਕ ਬੜਾ ਵਧੀਆ ਆਸ਼ਰਮ ਤਿਆਰ ਕੀਤਾ ਤੇ ਉੱਥੇ ਲੋਕ ਇਹਦੇ ਕੋਲ ਚੜਾਵੇ ਚੜਾਉਣ ਵਾਸਤੇ ਆਉਂਦੇ ਨੇ। ਇੱਕ ਬੜਾ ਵਧੀਆ ਪਲੰਘ ਤਿਆਰ ਕਰਵਾਇਆ, ਉਸ ਪਲੰਘ ਉੱਤੇ ਬੜੀ ਸੁੰਦਰ ਵਛਾਈ ਕਰਵਾਈ। ਹੁਣ ਕੋਈ ਲੋੜਾਂ ਬਾਰੇ ਲੋਕ ਆਉਂਦੇ ਨੇ, ਭਟਾਵਾਂ ਚੜਾਉਂਦੇ ਨੇ, ਦੂਜੇ ਬੰਨੇ ਜੇ ਕੋਈ ਸੰਤ ਮਹਾਂਪੁਰਸ਼ ਆ ਜਾਂਦਾ ਉਹਨੂੰ ਬਿਠਾਉਂਦਾ ਉਸ ਪਲੰਘ ਉੱਤੇ ਤੇ ਬੜਾ ਕਰਦਾ ਸਤਿਕਾਰ, ਆਓ ਪਰਚ ਕਰਦਾ, ਪਰ ਗਈਬੀ ਤਾਕਤ ਦੇ ਨਾਲ ਉਹਦਾ ਮੁੜ ਕੇ ਪਲੰਘ ਉਲਟਾ ਦਿੰਦਾ, ਪਲੰਘ ਉਲਟਾ ਕੇ ਫਿਰ ਉਹਦੀ ਖਿਲੀ ਉਡਾਉਂਦਾ, ਹੱਸਦਾ। ਇਸੇ ਤਰ੍ਹਾਂ ਇਸ ਕਾਰ ਵਿਹਾਰ ਦੇ ਵਿੱਚ ਲਗਭਗ ਇਹਦੇ 14-15 ਸਾਲ ਬੀਤ ਗਏ। ਹਜ਼ੂਰ ਕਲਗੀਧਰ ਪਾਤਸ਼ਾਹ ਮਹਾਰਾਜ ਰਾਜਪਤਾਨੇ ਦੇ ਇਲਾਕੇ ਥਾਣੀ ਵਿਚਰਦੇ ਹੋਏ ਮਹੰਤ ਜੈਤ ਰਾਮ ਕੋਲ ਗਏ। ਇਹ ਦਾਦੂ ਦੁਆਰੇ ਦਾ ਮਹੰਤ, ਮਹੰਤ ਜੈਤ ਰਾਮ ਨੇ ਪਾਤਸ਼ਾਹ ਦੀ ਬੜੀ ਸੇਵਾ ਕੀਤੀ। ਕਹਿੰਦਾ ਪਾਤਸ਼ਾਹ ਕਿੱਧਰ ਜਾਣ ਦੀ ਤਿਆਰੀ ਵਿੱਚ ਦੇ? ਹਜ਼ੂਰ ਕਹਿੰਦੇ ਨੇ ਕਿ ਅਸੀਂ ਬਹਾਦਰ ਸ਼ਾਹ ਦੇ ਨਾਲ ਦੱਖਣ ਨੂੰ ਜਾ ਰਹੇ ਹਾਂ ਕਿ ਬਹਾਦਰ ਸ਼ਾਹ ਨੇ ਸਾਡੇ ਨਾਲ ਇਕਰਾਰ ਕੀਤਾ ਕਿ ਮੇਰੇ ਭਰਾ ਕਾਮ ਬਖਸ਼ ਨੇ ਬੀਜਾਪੁਰ ਵਿੱਚ ਬਗਾਵਤ ਕੀਤੀ ਹੈ, ਮੈਂ ਆਪਣੇ ਭਰਾ ਦੀ ਬਗਾਵਤ ਨੂੰ ਦਬਾਵਾਂ ਤੇ ਫਿਰ ਮੈਂ ਤੁਹਾਡੇ ਦੋਖੀ ਤੁਹਾਡੇ ਹਵਾਲੇ ਕਰਾਂਗਾ, ਕਿਉਂਕਿ ਨੰਦ ਲਾਲ ਰਾਈ ਇਹ ਅਸਲ ਵਿੱਚ ਸਮਝੌਤਾ ਹੋਇਆ ਸੀ। ਬਹਾਦਰ ਸ਼ਾਹ ਗੱਲ ਦੀ ਤਾਲ ਮਟੋਲਾ ਕਰਦਾ ਜਾ ਰਿਹਾ ਤੇ ਜੈਤ ਰਾਮ ਕਹਿੰਦਾ ਪਾਤਸ਼ਾਹ ਮੇਰੀ ਬੇਨਤੀ ਹੈ, ਪਹਿਲੀ ਗੱਲ ਦੱਖਣ ਦੀ ਧਰਤੀ ਨੂੰ ਜਾਓ, ਜੇ ਦੱਖਣ ਦੀ ਧਰਤੀ ਨੂੰ ਜਾਣਾ ਜੇ ਤੇ ਇੱਕ ਆਸ਼ਰਮ ਵਿੱਚ ਨਾ ਜਾਇਆ, ਜੇ ਆਸ਼ਰਮ ਵਿੱਚ ਚਲੇ ਗਏ ਉਹਦੇ ਪਲੰਘ ਉੱਤੇ ਨਾ ਬੈਠਿਆ। ਹਜ਼ੂਰ ਪਾਤਸ਼ਾਹ ਕਹਿੰਦੇ ਕਿਉਂ? ਪਾਤਸ਼ਾਹ ਇੱਕ ਮਾਧੋ ਦਾਸ ਬੈਰਾਗੀ ਮਹੰਤ ਦੇ ਜਿਹੜਾ ਕਿ ਸਾਧੂ ਸੰਤਵਾਂ ਦਾ ਬੜਾ ਨਰਾਦਰ ਕਰਦਾ ਜੇ, ਮੈਂ ਆਪ ਉਸੇ ਉਹਦਾ ਨਰਾਦਰ ਦਾ ਪਾਤਰ ਸਮਝੋ ਬਣ ਚੁੱਕਾ ਹਾਂ। ਹਜ਼ੂਰ ਕਹਿੰਦੇ ਨੇ ਕਿ ਮਹੰਤ ਜੈਤ ਰਾਮ ਜੀ ਅਸੀਂ ਦੱਖਣ ਦੀ ਧਰਤੀ ਤੇ ਜਾਵਾਂਗੇ, ਉਸ ਮਾਧੋ ਦਾਸ ਬੈਰਾਗੀ ਦੇ ਆਸ਼ਰਮ ਵਿੱਚ ਜਾਵਾਂਗੇ, ਹੋ ਸਕਦਾ ਉਸ ਮਾਧੋ ਦਾਸ ਬੈਰਾਗੀ ਦੀ ਤਕਦੀਰ ਬਦਲ ਕੇ ਅਸੀਂ ਕੋਈ ਐਸਾ ਜ਼ਿੰਮੇਵਾਰੀ ਦਾ ਕੰਮ ਨੂੰ ਸੌਂਪ ਦਈਏ, ਸੰਸਾਰ ਵਿੱਚ ਉਹਦਾ ਨਾਂ ਲੈ ਕੇ ਲੋਕ ਉਹਨੂੰ ਹਮੇਸ਼ਾ ਯਾਦ ਕਰਿਆ ਕਰਨ। ਹਜ਼ੂਰ ਪਾਤਸ਼ਾਹ ਨੰਦੇੜ ਦੀ ਧਰਤੀ ਤੇ ਪਹੁੰਚ ਗਏ। ਇੱਕ ਬੰਨੇ ਬਹਾਦਰ ਸ਼ਾਹ ਦਾ ਤੰਬੂ ਹੈ, ਇੱਕ ਬੰਨੇ ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਤੰਬੂ ਹੈ। ਹਜ਼ੂਰ ਪਾਤਸ਼ਾਹ ਮਾਧੋ ਦਾਸ ਬੈਰਾਗੀ ਦੇ ਆਸ਼ਰਮ ਵਿੱਚ ਚਲੇ ਗਏ, ਪਾਤਸ਼ਾਹ ਪਲੰਘ ਉੱਤੇ ਬਹਿ ਗਏ। ਇਹਦੇ ਬਾਗ ਵਿੱਚ ਇਹਦੇ ਆਸ਼ਰਮ ਵਿੱਚ ਚੜਾਵੇ ਚੜਾਉਣ ਵਾਲਿਆਂ ਨੇ ਕੁਝ ਬੱਕਰੇ ਚਲੀ ਕੇ ਚੜਾਏ ਹੋਏ ਸੀ। ਤਾਂਤਰਿਕ ਵਿਦਿਆ ਵਾਲੇ, ਇਹ ਗੱਲ ਚੰਗੀ ਤਰ੍ਹਾਂ ਪਤਾ ਆਪਾਂ ਨੂੰ ਕਿ ਤਾਂਤਰਿਕ ਵਿਦਿਆ ਵਾਲੇ ਜਦੋਂ ਕਿਸੇ ਦਾ ਕੰਮ ਕੱਢਦੇ ਨੇ ਕਾਲੇ ਇਲਮ ਦੇ ਨਾਲ, ਉਹਨਾਂ ਦੀ ਮੰਗ ਹੀ ਇਹ ਹੁੰਦੀ ਹੈ ਜਾਂ ਕਾਲਾ ਮੁਰਗਾ ਹੋਵੇ, ਜਾਂ ਕੋਈ ਕੁੱਕੜ ਹੋਵੇ ਹੋਏ, ਜਾਂ ਕੋਈ ਨਾਲ ਹੋਰ ਯਾਨੀ ਕਿ ਬੱਕਰਾ ਹੋਵੇ, ਉਹਦੀ ਬਲੀ ਦਿੱਤੀ ਜਾਵੇਗੀ ਤਾਂ ਫਿਰ ਵੀ ਤੇਰਾ ਕੰਮ ਸਿੱਧ ਹੋਵੇਗਾ। ਇਹ ਨਹੀਂ ਕਿ ਹਜ਼ੂਰ ਪਾਤਸ਼ਾਹ ਨੇ ਕਿਹਾ ਕਿ ਇੱਥੇ ਬੱਕਰੇ ਝਮਕਾਓ, ਜਦੋਂ ਉਸ ਬਾਗ ਵਿੱਚ ਸਿੰਘਾਂ ਨੇ ਆਪਣੇ ਘੋੜੇ ਚੜਾਏ ਨੇ, ਮਾਧੋ ਦਾਸ ਬੈਰਾਗੀ ਦੇ ਚੇਲਿਆਂ ਦੀ ਤੇ ਸਿੰਘਾਂ ਦੀ ਆਪਸ ਵਿੱਚ ਹੋ ਸਕਦਾ ਕੋਈ ਉੱਥੇ ਇੱਟ ਖੜਿਕ ਅਣਬਣ ਹੋਈ ਹੋਵੇ, ਤੇ ਜਦੋਂ ਕਿਸੇ ਦੇ ਕੋਈ ਅਹਾਤੇ ਵਿੱਚ ਜਾ ਕੇ ਕਦਮ ਟਿਕਾਵੇ ਨਾ, ਉਹ ਅਹਾਤੇ ਦਾ ਮਾਲਕ ਆਪਣੇ ਆਪ ਗੁੱਸੇ ਵਿੱਚ ਆ ਜਾਂਦਾ। ਇਹਦੇ ਨੌਕਰ ਕਹਿੰਦੇ ਕੌਣ ਗਏ ਤੁਸੀਂ ਘੋੜ ਚੜੇ ਸਵਾਰ ਇੱਥੇ ਆ ਗਏ? ਇਹਨੇ ਕਿਹਾ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੰਘ ਹਾਂ। ਉਹਨੇ ਕਿਹਾ ਬਾਹਰ ਨਿਕਲੋ। ਉਹਨੇ ਕਿਹਾ ਕਿਉਂ ਬਾਹਰ ਨਿਕਲੀਏ? ਹਜ਼ੂਰ ਪਾਤਸ਼ਾਹ ਵੇਖ ਰਹੇ ਨੇ ਤੇ ਇਹਦੇ ਚੇਲਿਆਂ ਚਾਕਰਾਂ ਜਦੋਂ ਹੋਈ ਕੁਝ ਗੁੱਥਮ ਗੁੱਥਾ ਕੁਝ ਬਾਗ ਉੱਚੜਿਆ ਤੇ ਬਾਗ ਉੱਚੜ ਦੇ ਵਿੱਚ ਹੋ ਸਕਦਾ ਸਿੰਘਾਂ ਨੇ ਕੁਝ ਇੱਥੇ ਬੱਕਰੇ ਝਟਕਾ ਦਿੱਤੇ। ਹਜ਼ੂਰ ਪਾਤਸ਼ਾਹ ਪਲੰਘ ਉੱਤੇ ਬੈਠ ਗਏ। ਇਹਦੇ ਚੇਲਿਆਂ ਨੇ ਵੇਖਿਆ ਕਿ ਗੱਲ ਬਣਦੀ ਨਹੀਂ ਹੋਣੀ, ਹੁਣ ਜਾ ਕੇ ਮਾਧੋ ਦਾਸ ਨੂੰ ਦੱਸੀਏ। ਮਾਧੋ ਦਾਸ ਨੂੰ ਜਾ ਕੇ ਕਿਹਾ, ਮਾਧੋ ਦਾਸ ਉਹ ਤੇਰੇ ਨਾਲ ਇੱਕ ਵੱਧ ਗਈਬੀ ਤਾਕਤ ਦਾ ਮਾਲਕ ਉਹ ਤੇਰੇ ਪਲੰਘ ਉੱਤੇ ਆਣ ਕੇ ਬੈਠ ਗਿਆ ਜੀ, ਉਹਦੇ ਮੱਥੇ ਦਾ ਤੇਈ ਤੱਪ, ਉਹਦੇ ਮੋਢੇ ਤੇ ਤੀਰਾਂ ਸਣੇ ਪੱਥਾ, ਉਹਦੇ ਸੀਸ ਉੱਤੇ ਤਾਜ, ਉਹਦੇ ਹੱਥ ਤੇ ਬਾਜ, ਉਹਦਾ ਹੱਥ ਤਲਵਾਰ ਦੀ ਮੱਥ ਉੱਤੇ, ਉਹਦੇ ਮੋਢੇ ਮੋਢੇ ਨੇਤਰ ਵੇਖਣ ਨੂੰ ਕੋਈ ਇਉਂ ਅਲਾਹੀ ਨੂਰ ਜਾਪਦਾ ਹੈ। ਮਾਧੋ ਦਾਸ ਕਹਿੰਦਾ, ਹੈ ਮੇਰੀ ਆਗਿਆ ਤੋਂ ਬਗੈਰ ਮੇਰੇ ਆਸ਼ਰਮ ਵਿੱਚ ਕੌਣ ਹੈ ਆਉਣ ਵਾਲਾ? ਖੈਰ ਆਇਆ ਨੇੜੇ, ਉਹੀ ਤਾਂਤਰਿਕ ਵਿਦਿਆ ਦੇ ਨਾਲ ਇਹਨੇ ਪਲੰਘ ਉਲਟਾਉਣ ਦੀ ਕੋਸ਼ਿਸ਼ ਕੀਤੀ। ਪਲੰਘ ਉਲਟਾਉਣ ਦੀ
ਪਲੰਘ ਉੱਟਿਆ ਨਹੀਂ, ਪਲੰਘ ਟਸ ਤੋਂ ਮਸ ਨਹੀਂ ਹੋਇਆ। ਦੂਜੇ ਬੰਨੇ ਵੇਖਦਾ ਫੇਰ, ਕਹਿੰਦੇ ਕਿ ਇੱਕ ਨੁੱਕਰ ਚ ਖੂਨ ਡੁੱਲਾ, ਇਹਦੀਆਂ ਅੱਖਾਂ ਦੇ ਡੋਰੇ ਖਿੱਚੇ ਗਏ। ਹੁਣ ਇਹ ਕਿਹਾ, ਤੁਸੀਂ ਕੌਣ ਦੇ ਮੇਰਾ ਆਸ਼ਰਮ ਪਵਿੱਤਰ ਕਰਨ ਵਾਲੇ, ਮੇਰੇ ਆਸ਼ਰਮ ਚ ਖੂਨ ਡੋਲ ਦਿੰਦਾ। ਹਜ਼ੂਰ ਪਾਤਸ਼ਾਹ ਕਹਿੰਦੇ ਮਾਧੋ ਦਾਸ, ਖੂਨ ਤਾਂ ਆਸ਼ਰਮ ਦੀ ਇੱਕ ਨੁੱਕਰ ਚ ਡੁੱਲਾ, ਤੇਰਾ ਆਸ਼ਰਮ ਬੜਾ ਖੁੱਲਾ ਡੁੱਲਾ, ਇਸ ਕਰਕੇ ਇੱਕ ਨੁੱਕਰ ਚ ਖੂਨ ਡੁੱਲਣ ਨਾਲ ਤੇਰਾ ਆਸ਼ਰਮ ਕਿਵੇਂ ਪਵਿੱਤਰ ਅਪਵਿੱਤਰ ਹੋ ਗਿਆ। ਉਹ ਕਹਿੰਦਾ, ਨਹੀਂ ਨਹੀਂ, ਤੁਹਾਨੂੰ ਪਤਾ ਹੋਣਾ ਚਾਹੀਦਾ, ਵੈਸ਼ਨੂ ਮਤ ਦਾ ਇੱਕ ਸਿਧਾਂਤ ਹੈ ਕਿ ਆਸ਼ਰਮ ਦੀ ਕਿਸੇ ਨੁੱਕਰ ਚ ਖੂਨ ਡੁੱਲ ਜਾਵੇ ਉਹ ਆਸ਼ਰਮ ਅਪਵਿੱਤਰ ਹੋ ਜਾਂਦਾ। ਹਜ਼ੂਰ ਪਾਤਸ਼ਾਹ ਕਹਿੰਦੇ ਨਾ ਮਾਧੋ ਦਾਸ, ਜਿਸ ਹਿੰਦੁਸਤਾਨ ਵਿੱਚ ਚੱਪੇ ਚੱਪੇ ਤੇ ਬਦੋਸ਼ਿਆਂ ਦੇ ਖੂਨ ਦੀਆਂ ਨਦੀਆਂ ਚੱਲੀਆਂ ਹੋਣ, ਉਸ ਹਿੰਦੁਸਤਾਨ ਚ ਤੇਰਾ ਆਸ਼ਰਮ ਹੁਣ ਤੱਕ ਕਿਵੇਂ ਪਵਿੱਤਰ ਰਹਿ ਸਕਦਾ। ਮਾਧੋ ਦਾਸ ਕਹਿੰਦਾ, ਹੈ ਉਹ ਕਿਵੇਂ ਹੈ? ਤੇ ਖਜੂਰ ਕਰਕੀ ਤਰਪਾਸਾ ਮਹਾਰਾਜ, ਮਾਧੋ ਦਾਸ ਬੈਰਾਗੀ ਦੀ ਆਤਮਾ ਨੂੰ ਟੰਮਦੇ ਹੋਏ ਉਹ ਨਕਸ਼ਾ ਮਾਧੋ ਦਾਸ ਬੈਰਾਗੀ ਦੀਆਂ ਅੱਖਾਂ ਸਾਹਮਣੇ ਕਿਵੇਂ ਲਿਆ ਰਹੇ ਨੇ ਕਿ ਹਿੰਦੁਸਤਾਨ ਚ ਕਿਵੇਂ ਬਦੋਸ਼ਾਂ ਦਾ ਖੂਨ ਡੁੱਲਿਆ, ਕਿਵੇਂ ਨਦੀਆਂ ਲਹੂਦੀਆਂ ਧਾਰਾ ਵਗੀਆਂ ਨੇ। ਹਜ਼ੂਰ ਕਰਕੀ ਤਰਪਾਸਾ ਮਹਾਰਾਜ, ਮਾਧੋ ਦਾਸ ਬੈਰਾਗੀ ਨੂੰ ਗਿਆਨ ਰੂਪੀ ਤੀਰ ਮਾਰ ਕੇ ਹੇ ਇਹ
के किसी भैन का छोटा परस हाथ च फड़न वाला डिग पिया पूरे रंग का परस है। हो सकता उस परस विच कुछ नकदी भी होवे। किसी वीर भैन नूं पूरे रंग का छोटा परस हाथ च फड़न वाला मिले, कृपा करके स्टेज ते वह परस पहुंचाउण दी कृपालता करे, उहदा बहुत बहुत धन्नवाद करांगे। लो सरवण करना हजूर कलगीधर पातशाह महाराज ने कहा, माधो दास जिस हिंदुस्तान च चप्पे चप्पे ते बदोशियां दे खून दीआं नदियां चलियां होण, उस हिंदुस्तान च तेरा आश्रम हुण तक किवें पवित्र रह सकदा है। हजूर कलगीधर पातशाह महाराज नूं कहिंदा, तुसीं कौण जी, तुसीं कौण जी। हजूर कलगीधर पातशाह महाराज कहिंदे ने, माधो दास जरा अपनी अंदर दी आत्मा नूं पुछ, असीं कौण, अपनी आत्मा नूं पुछ। अमूमन तौर ते जदों कोई बंदा किसे नूं किसे समय तो बाद मिले, कोई समा विच जानी कि गैब पै जावे, तो बंदा पहचाने ना, ते ओह फिर कहिंदा कि तूं जरा कि पिछे वल झाती मार, पिछे वल झाती मार, जरा अपने ख्याल विच अंदर झाती मार, मैं कौण। हजूर कलगीधर पातशाह महाराज के बाबा बंदा सिंह बहादुर की उम्र में केवल चार साल का, कलगी वाले पातशाह केवल चार साल छोटा बंदा सिंह बहादुर, 66 में मेरे पातशाह का अवतार होया, तो 70 में इस लक्ष्मण देव का जन्म रजौरी नाम के छोटे पिंड में होया, चार साल का। इसको पहला इन्हें एक गथावां असल विच सुनिया सन, कदे धन गुरु तेग बहादुर साहब दी शहादत दा साका, कदे आनंदपुर साहब नूं पिया घेरा, पर जदों किसे बंदे दा अमूमन तौर ते है कि उहदा उस गल नाल संबंध वास्ता ना जुड़दा होवे, उस गल नाल उहदा तलो कातला होवे, ते उह बंदा उस काम विच बहुती दिलचस्पी नहीं लैंदा। वो कहता कि मेरा इधर संबंध ही कोई नहीं, फर्क है क्योंकि तांत्रिक विद्या कैपी ताकत, यानी कि अपना तोरी फुलका चलाने वास्ते अज भी खिमा करना, कई डेरिया नाल असी इस रूप में जुड़ गए हैं। मैं गलती मान लाऊंगा कि यह बाबा वार बड़े दे जे सब तो पहला जाके मत्था टेक लिया तो बाबा खुश होकर बड़े पता नहीं की वार दे। दो गल्लां ने सिख कौम का बड़ा नुकसान किया है, दो गल्लां ने, एक वार अते एक शराब, दो गल्लां। जाट वही इंसान हुंदा है, मनुख है, जदों कोई अजिहा काम कर लवे ते वही समाज वही भाईचारा उहनूं इक फटलान जी पा के कहिंदा तू बंदा है, बंदियां वाले काम कर, कोई यह गल काम कर रहे समाज में घरौना काम करे तो समाज तो कहने के आम लोग पुटलाना पा के कहते तू बंदा है, बंदियां वाले काम कर। असल में बंदा ही बनना बहुत औखा, जे कोई बंदा बन के उहदी बंदगी नाल जुड़ गया तो समझो उहदे फिर पार उतारे होंगे। बंदे बंदगी इक दिया सहर रोज करे कृपा, वह बंदगी करनी बंदा बनना हजूर पातशाह दे चरणां ते टहिपिया, हजूर पातशाह उठाया गलवकड़ी विच लिया, अपने हत्थी खंडे पर अमृत तैयार किया, इहनूं छकाया। इत्थे कुछ विद्वानां दीआं वख वख रहियां, मैं काल फिक अंग्रेज विद्वान आ, ਉਹ ਕਹਿੰਦਾ ਕਿ ਨਾਂ ਕਹਿੰਦਾ ਗੁਰਬਖਸ਼ ਸਿੰਘ ਰੱਖਿਆ ਅੰਮ੍ਰਿਤ ਛਕਾਉਣ ਤੋਂ ਬਾਅਦ, ਪਰ ਡਾਕਟਰ ਗੰਡਾ ਸਿੰਘ, ਪ੍ਰਿੰਸੀਪਲ ਸੁਖਬੀਰ ਸਿੰਘ, ਸੋਹਣ ਸਿੰਘ ਜੀ ਸੀਤਲ, ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ, ਤਰੀਖੇ ਪੰਜਾਬ ਦਾ ਲਖਾਰੀ ਘਨੱਈਆ ਲਾਲ, ਸੋਹਣ ਲਾਲ ਸੂਰੀ, ਇਤਿਹਾਸ ਬਹੁਤ ਸਾਰੇ ਮਹਾਨ ਕੋਹਦਾ ਕਰਤਾ ਭਾਈ ਕਾਰ ਸਿੰਘ ਨਾਭਾ, ਉਹ ਕਹਿੰਦੇ ਨੇ ਕਿ ਨਾਂ ਇਹਦਾ ਅੰਮ੍ਰਿਤ ਛਕਾਉਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਇਹਨੂੰ ਖਿਤਾਬ, ਯਾਨੀ ਕਿ ਦਰਜਾ ਦੇ ਕੇ ਪਾਤਸ਼ਾਹ ਨੇ ਇਹਨੂੰ ਨਵਾਜਿਆ। ਮੈਂ ਕਾਲਪ ਅੰਗਰੇਜ਼ ਵਿਦਵਾਨ ਹੈ, ਹੋ ਸਕਦਾ ਜਦੋਂ ਗੁਰੂ ਦੀ ਬਖਸ਼ ਹੋਈ ਤੇ ਗੁਰ ਬਖਸ਼ ਤੋਂ ਗੁਰੂ ਦੀ ਬਖਸ਼ ਹੋਣ ਕਾਰਨ ਉਹਨੇ ਨਾਂ ਇਹਦੇ ਨਾਲ ਜੋੜਵਾ ਗੁਰਬਖਸ਼ ਸਿੰਘ ਰੱਖ ਦਿੱਤਾ। ਸਿੱਖ ਵਿਦਵਾਨ ਕਹਿੰਦੇ ਨੇ ਕਿ ਨਾਂ ਬੰਦਾ ਸਿੰਘ ਬਹਾਦਰ ਰੱਖਿਆ। ਹੁਣ ਹਜ਼ੂਰ ਪਾਤਸ਼ਾਹ ਕੋਲ ਵਿਸਥਾਰ ਨਾਲ
ਕਦੇ ਸਾਕਾ ਚਮਕੌਰ, ਕਦੇ ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ, ਕਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਕਦੇ ਅਨੰਦਪੁਰ ਸਾਹਿਬ ਨੂੰ ਪਿਆ ਘੇਰਾ, ਕਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪ੍ਰਸੰਗ ਸੁਣਦਾ। ਕਹਿੰਦਾ ਪਾਤਸ਼ਾਹ ਆਗਿਆ ਦਿਓ, ਮੈਂ ਸਰਹੰਦ ਦੀ ਇੱਕ ਗੱਲ ਖੜਕਾਉਣੀ ਚਾਹੁੰਦਾ। ਹਜ਼ੂਰ ਪਾਤਸ਼ਾਹ ਕਹਿੰਦੇ ਕਿ ਬੰਦਾ ਸਿੰਘ, ਅਸੀਂ ਤੈਨੂੰ ਆਪਣਾ ਖਾਲਸਾ ਸਾਜਿਆ, ਯਾਦ ਰੱਖ ਬੰਦਾ ਸਿੰਘ, ਅੱਗੇ ਤੂੰ ਨਿਰਮਲ ਜੀਆਂ ਦਾ ਸ਼ਿਕਾਰ ਕਰਦਾ ਸੀ, ਹੁਣ ਤੈਨੂੰ ਅਸੀਂ ਅਤਿਆਚਾਰੀ ਚਾਰਵਾਂ ਦਾ ਸ਼ਿਕਾਰ ਕਰਨ ਵਾਸਤੇ ਆਪਣਾ ਖਾਲਸਾ ਸਾਜਦੇ, ਤਿਆਰੀ ਕਰ। ਬੰਦਾ ਸਿੰਘ ਤਿਆਰੀ ਵਿੱਚ ਰੁੱਝ ਗਿਆ। ਹਜ਼ੂਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮਾਤਾ ਸਾਹਿਬ ਕੌਰ ਨੂੰ ਮਾਤਾ ਸੁੰਦਰ ਕੌਰ ਦੇ ਕੋਲ ਦਿੱਲੀ ਭੇਜ ਦਿੱਤਾ। ਮਾਤਾ ਸਾਹਿਬ ਕੌਰ ਦਮਦਮਾ ਸਾਹਿਬ ਤੋਂ ਹਜ਼ੂਰ ਪਾਤਸ਼ਾਹ ਦੇ ਨਾਲ ਗਏ ਨੇ ਨੰਦੇੜ ਦੀ ਧਰਤੀ ਤੱਕ। ਕਿਹਾ ਸੀ ਪਾਤਸ਼ਾਹ ਮੇਰੇ ਵਾਸਤੇ ਤੁਹਾਡਾ ਵਿਛੋੜਾ ਸਹਿ, ਪਰ ਪਾਤਸ਼ਾਹ ਨੇ ਕਿਹਾ ਸਾਹਿਬ ਕੌਰ ਤੁਸੀਂ ਸੁੰਦਰ ਕੌਰ ਦੇ ਕੋਲ ਦਿੱਲੀ ਚਲੇ ਜਾਓ। ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਦੇ ਕੋਲ ਦਿੱਲੀ ਆ ਗਿਆ। ਸੂਬਾ ਸਰਹੱਦ ਵਜ਼ੀਰ ਖਾਨ ਸਾਰੀਆਂ ਖਬਰਾਂ ਮਿਲ ਗਈਆਂ ਕਿ ਬਹਾਦਰ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਸ ਵਿੱਚ ਸੰਧੀ ਹੋ ਚੁੱਕੀ ਹੈ। ਕਿਹੜੇ ਵੇਲੇ ਬਹਾਦਰ ਸ਼ਾਹ ਮੇਰੇ ਵਾਸਤੇ ਫਰਮਾਨ ਜਾਰੀ ਕਰ ਦੇਵੇ, ਕਿਤੇ ਮੈਨੂੰ ਲੈਣੇ ਦੇ ਦੇਣੇ ਨਾ ਪੈ ਜਾਣ, ਕਿਉਂ ਨਾ ਹੋਵੇ, ਬਹਾਦਰ ਸ਼ਾਹ ਦੇ ਫਰਮਾਨ ਜਾਰੀ ਕਰਨ ਤੋਂ ਪਹਿਲਾਂ ਮੈਂ ਇਸ ਗੁਰੂ ਨੂੰ ਤੁਰਦੀਆਂ ਟਿਕਟਾਂ ਦੇ ਕੇ ਅਗਲੇ ਜਹਾਨ ਨੂੰ ਤੋਰ ਦੇ। ਦੋ ਪਠਾਨ ਮੁੱਲ ਖਰੀਦੇ, ਇੱਕ ਪਠਾਨ ਦਾ ਨਾਂ ਜਮਸ਼ੈਦ ਖਾਂ, ਦੂਜੇ ਦਾ ਨਾਂ ਕੁੱਲ ਖਾਂ। ਇਹ ਪਹਿਲਾਂ ਮਾਤਾ ਸੁੰਦਰ ਕੌਰ ਜੀ ਦੇ ਕੋਲ ਦਿੱਲੀ ਗਏ। ਚਤਰ ਯੁਗੀ ਗ੍ਰੰਥ ਦਾ ਕਰਤਾ ਲਿਖਦਾ, ਇਹਨਾਂ ਨੇ ਪਤਾ ਕੀਤਾ, ਇਹ ਨੰਦੇੜ ਦੀ ਧਰਤੀ ਤੇ ਪਹੁੰਚੇ। ਹਜ਼ੂਰ ਕਲਗੀਧਰ ਪਾਤਸ਼ਾਹ ਮਹਾਰਾਜ ਸ਼ਾਮ ਰਹਿ ਰਾਜ ਸਾਹਿਬ ਜੀ ਦੇ ਪਾੜ ਤੋਂ ਉਪਰੰਤ ਆਪਣੇ ਨਿੱਜੀ ਸਥਾਨ ਤੰਬੂ ਵਿੱਚ ਆਏ। ਦੋਨੋਂ ਪਠਾਨ ਰਵਾ ਰਵੀ ਪਿੱਛੇ ਪਿੱਛੇ ਆ ਗਿਆ। ਗੜਵਈ ਸਿੰਘ ਨਜ਼ਦੀਕੀ ਸਿੰਘ ਪਾਣੀ ਲੈਣ ਵਾਸਤੇ ਚਲਾ ਗਿਆ। ਹਜ਼ੂਰ ਪਾਤਸ਼ਾਹ ਸੱਜਾ ਹੱਥ ਥੱਲੇ ਹੈ, ਯਾਨੀ ਕਿ ਸਰਾਣੇ ਥੱਲੇ, ਹੱਥ ਐਂ ਤਲਵਾਰ ਦੀ ਮੁੱਠ ਉੱਤੇ ਹੈ, ਖੱਬੀ ਵੱਖੀ ਥੱਲੇ। ਪਾਤਸ਼ਾਹ ਥੋੜਾ ਜਿਹਾ ਸਰਾਣੇ ਦਾ ਆਸਰਾ ਲੈ ਕੇ ਆਰਾਮ ਕਰਨ ਵਾਸਤੇ ਲੇਟ ਗਿਆ। ਗੋਲਖਾਂ ਬਾਹਰ ਦਰਵਾਜ਼ੇ ਤੇ ਖਲੋਤਾ, ਜਮਸ਼ੈਦ ਖਾਂ ਦੇ ਦਾਖਲ ਹੋਇਆ। ਉਹਨੇ ਹਜ਼ੂਰ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ। ਪਾਤਸ਼ਾਹ ਨੇ ਕਹਿੰਦੇ ਨੇ ਪ੍ਰਸ਼ਾਦ ਦਿੱਤਾ। ਹੁਣ ਜਮਸ਼ੈਦ ਖਾਂ ਨੇ ਪ੍ਰਸ਼ਾਦ ਛੱਕ ਲਿਆ, ਇਸ਼ਾਰਾ ਕੀਤਾ ਗੋਲਖਾਂ ਬਾਹਰ ਨੇੜੇ ਤੇੜੇ ਕੋਈ ਸਿੱਖ ਹੈ? ਗੋਲਖਾਂ ਨੇ ਇਸ਼ਾਰਾ ਕੀਤਾ, ਜਮਸ਼ੈਦ ਖਾਂ ਕੋਈ ਸਿੱਖ ਨਹੀਂ ਹੈ। ਇਹਨੇ ਕੱਢਿਆ ਬਗਲ ਵਿੱਚੋਂ ਤਿੱਖਾ ਖੰਜਰ, ਜਿਹਨੂੰ ਪਾਣ ਦੀ ਜ਼ਹਿਰ ਚੜੀ ਹੋਈ ਸੀ, ਪੁੱਠ ਚੜੀ ਹੋਈ ਸੀ, ਇਹਨੇ ਪਾਤਸ਼ਾਹ ਦੀ ਖੱਬੀ ਵੱਖੀ ਵਿੱਚ ਖੰਜਰ ਖੋਭ ਦਿੱਤਾ। ਪਾਤਸ਼ਾਹ ਨੇ ਉਸੇ ਵੇਲੇ ਜਮਸ਼ੈਦ ਖਾਂ ਨੂੰ ਉੱਥੇ ਢੇਰੀ ਕੀਤਾ। ਗੋਲਖਾਂ ਨੂੰ ਸਿੰਘਾਂ ਨੇ ਗੱਡੀ ਚਾੜ ਦਿੱਤਾ, ਪਰ ਜੋ ਕਾਰਾ ਕਰ ਦਿੱਤਾ ਸੀ ਉਹ ਨਾ ਪੂਰਾ ਹੋਣ ਵਾਲਾ ਘਾਟਾ। ਬਹਾਦਰ ਸ਼ਾਹ ਆਪਣੇ ਭਰਾ ਦੀ ਬਗਾਵਤ ਨੂੰ ਦਬਾਉਣ ਵਿੱਚ ਉਲਝਾ, ਬਹਾਦਰ ਸ਼ਾਹ ਦੇ ਕੋਲ ਖਬਰ ਜਾਂਦੀ ਹੈ, ਬਹਾਦਰ ਸ਼ਾਹ ਜਰਾਹ ਭੇਜਦਾ ਜਾ ਕੇ ਗੁਰੂ ਦਾ ਫੱਟ ਸੀ ਦਿਓ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਖੰਡ ਗਮਨ ਕਰ ਜਾਂਦੇ ਨੇ, ਰਾਜਨੀਤੀ ਵੇਖੋ, ਇਹੀ ਬਹਾਦਰ ਸ਼ਾਹ ਦਰਬਾਰ ਲਾਉਂਦਾ ਤੇ ਜਮਸ਼ੈਦ ਖਾਂ ਦੇ ਪੁੱਤ ਪੋਤਰਿਆਂ ਨੂੰ ਦਰਬਾਰ ਸੱਦ ਕੇ ਖਿਲਤਾ ਦਿੰਦਾ, ਇਨਾਮ ਦਿੰਦਾ। ਇੱਥੇ ਪਾਤਸ਼ਾਹ ਤੇ ਜਰਾਹ, ਤੇ ਜਦੋਂ ਪਾਤਸ਼ਾਹ ਸੱਚਖੰਡ ਗਮਨ ਕਰ ਜਾਂਦੇ ਨੇ ਉੱਥੇ ਜਮਸ਼ੈਦ ਖਾਂ ਦੇ ਪੁੱਤ ਪੋਤਰਿਆਂ ਨੂੰ ਇਨਾਮ ਦਿੰਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ, ਪਾਤਸ਼ਾਹ ਹੁਣ ਮੇਰੇ ਵਾਸਤੇ ਠਹਿਰਨਾ ਅਸੰਭਵ, ਮੈਂ ਨਹੀਂ ਠਹਿਰ ਸਕਦਾ। ਪਾਤਸ਼ਾਹ ਨੇ ਪੱਥੇ ਚੋਂ ਪੰਜ ਤੀਰ ਦਿੱਤੇ, ਵਿਜੇ ਤਰਕਸ਼ ਦੀ ਨਿਸ਼ਾਨੀ, ਇੱਕ ਨਗਾਰਾ ਦਿੱਤਾ, ਇੱਕ ਖੰਡਾ ਉਹ ਦਿੱਤਾ, ਜਿਸ ਦੁਧਾਰੇ ਖੰਡੇ ਨਾਲ ਪਾਤਸ਼ਾਹ ਨੇ ਸਰਬਲੋ ਬਾਟੇ ਚ ਸਤਲੁਜ ਦਾ ਦਰਿਆ ਦਾ ਜਲ ਪਾ ਕੇ ਅੰਮ੍ਰਿਤ ਤਿਆਰ ਕੀਤਾ ਸੀ। ਨਗਾਰਾ ਦਿੱਤਾ, ਨਿਸ਼ਾਨ ਦਿੱਤਾ, ਜੋ ਪੰਜ ਸਿੰਘ ਦਿੱਤੇ ਪੰਥ ਦੇ ਰੂਪ ਵਿੱਚ 20 ਸਿੰਘਾਂ ਦਾ ਉਹ ਜਥਾ ਦਿੱਤਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਦੁਧਾਰਾ ਖੰਡਾ ਗੱਲ ਪੈਣ ਲਿਆ ਨਾ, ਤੇ ਭਾਈ ਦਇਆ ਸਿੰਘ ਆਪ ਸਿੰਘ ਪੰਥ ਦੇ ਰੂਪ ਵਿੱਚ ਇਕੱਤਰ ਹੋ ਕੇ ਕਹਿੰਦੇ ਨੇ, ਕਲਗੀ ਵਾਲਿਆ ਤੁਸੀਂ ਨਿਸ਼ਾਨ ਦਿੱਤਾ, ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ, ਤੁਸੀਂ ਨਗਾਰਾ ਦਿੱਤਾ, ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ, ਤੁਸੀਂ ਪੰਜ ਸਿੰਘ ਦਿੱਤੇ ਨੇ ਜਥੇਬੰਦੀ ਦੇ ਰੂਪ ਵਿੱਚ, ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ। ਪਾਤਸ਼ਾਹ ਇਹ ਦੁਧਾਰਾ ਖੰਡਾ ਜਿਹਦੇ ਨਾਲ ਖਾਲਸਾ ਪੰਥ ਦੀ ਸਾਜਨਾ ਹੋਈ ਹੈ, ਇਹ ਦੁਧਾਰਾ ਖੰਡਾ ਪੰਥ ਦੀ ਅਮਾਨਤ ਹੈ, ਇਸ ਕਰਕੇ ਬੰਦਾ ਸਿੰਘ ਨੂੰ ਨਹੀਂ ਦੇ ਦਿਆ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਕਿ ਮੇਰੇ ਪੰਥ ਵਿੱਚ ਜਾਗਰਤੀ ਆ ਗਈ, ਮੈਂ ਖੁਸ਼ ਹਾਂ ਆਪਣੇ ਪੰਥ ਤੋਂ ਕਿ ਆਪਣੀ ਵਿਰਾਸਤ ਮੇਰਾ ਪੰਥ ਸਾਂਭਣ ਦੀ ਸਮਰੱਥਾ ਰੱਖਦਾ, ਇਹ ਖਾਲਸੇ ਦੀ ਇੱਕ ਵਿਰਾਸਤੀ ਹੈ ਦੁਧਾਰਾ ਖੰਡਾ।
हजूर पाशाह को लेके आ गया बंदा सिंह बहादुर दिल्ली दियां कंधां टप के भरतपुर दे इलाके थणी विचरदा होया पानीपत दे इलाके विच दाखल होया श्री खंडा दे पुराण के डेरे कीते इत्थे बाबा बंदा सिंह बहादुर ने सिंघां नूं चिट्ठियां लिखी खालसा चिट्ठियां पढ़ के माझे दे सिंह दुआबे दे सिंह मारवे दे सिंह बाबा बंदा सिंह बहादुर ने मिलवाए मारवे दे सिंह कोना दरियावां तों पार आसानी नाल बंदा सिंह नाल मिले माझे ते दुआबे दे सिंह इह बंदा सिंह बहादुर नूं बहुत मगरों जाके मिले इह रोपण कई समा बैठे रहे जिन के माझे ते दुआबे दे सिंह हुण बाबा बंदा सिंह बहादुर ने सब तों पहला हमला समाणे ते करन दा फैसला कीता समाणा कोकवास दा शहर है समाणे मंडी के जलाल जलालुद्दीन ने धर्म तेग बहादुर शाह शहीद किया है समाणे मंडी के जलाल शाह छपेक ते पाछन बेग ने साहिबजादा नूं शहीद किया है समाणे मंडी दे विच अजे 22 अमीर घराने वास्ते सन जिन्हां नूं पार्की विच बैठ के बादशाह वल्लों सफर करन दी आग्या सी इन्हां कोकवाल दा शहर है बाबा बंदा सिंह बहादुर ने फैसला किया कि पहला हमला समाणे ते कीता जाए समाणा छत बनूड़ फतेहगढ़ तो बाद जदों बंदा सिंह बहादुर छत अड़ के डेरे आए इत्थे बाबा बंदा सिंह बहादुर ने सूबा सरहद वजीर खान नूं चिट्ठी लिखी शीतल जी लिखते ने ਉਹ ਕਹਿੰਦੇ ਬੰਦਾ ਸਿੰਘ ਪੰਜਾਬ ਵਿੱਚ ਜਦੋਂ ਵੜਿਆ ਰਲੇ ਮਾਲਵੇ ਦੇ ਸਿੰਘ ਆ ਭਾਈ ਪਹਿਲਾਂ ਹੱਥ ਸਮਾਣੀ ਨੂੰ ਮਾਰ ਲਿਆ ਫਿਰ ਪਏ ਘਰਾਮ ਤੇ ਜਾ ਭਾਈ ਸ਼ਾਹਬਾਦ ਤੇ ਮੁਸਤਫਾਬਾਦ ਮਾਰੇ ਦਿੱਤੀ ਮਾਰ ਕਪੂਰੀ ਉਹ ਨਾ ਭਾਈ ਫਿਰ ਮਾਰ ਸਢੋਰੇ ਨੂੰ ਚੌੜ ਕੀਤਾ ਬਦਲਾ ਪੀਰ ਦਾ ਲਿਆ ਚੁਕਾ ਭਾਈ ਸੁੱਚਾ ਨੰਦ ਦਾ ਆਦਮੀ ਫੌਜ ਲੈ ਕੇ ਇੱਥੇ ਨਾਲ ਰਲਿਆ ਸਿੰਘਾਂ ਆ ਭਾਈ ਰਲ ਕੇ ਸਾਰਿਆਂ ਸ਼ਤਰੂ ਫਤਿਹ ਕੀਤਾ ਡੇਰੇ ਇਸ ਤਰ੍ਹਾਂ ਦਿੱਤੇ ਨੇ ਨਾ ਭਾਈ ਬੰਦਾ ਸਿੰਘ ਸਰਹੰਦ ਨੂੰ ਖਤ ਲਿਖਿਆ ਦਿੱਤਾ ਪਾਸ ਵਜ਼ੀਰੇ ਪੰਜਾਬ ਭਾਈ ਸਹਿਬਜ਼ਾਦਿਆਂ ਦਾ ਵੈਰ ਲੈਣ ਤੈਥੋਂ ਗੁਰੂ ਖਾਲਸਾ ਗਿਆ ਹੀ ਆ ਭਾਈ ਖਬਰਦਾਰ ਆਪਣਾ ਫਿਕਰ ਕਰ ਲੈ ਦਿਲ ਵਿੱਚ ਰਹੇ ਨਹੀਂ ਪਛੋ ਤਾ ਭਾਈ ਕਰਕੇ ਆਲਾ ਦੁਆਲਾ ਸਾਫ ਬਾਬਾ ਬੰਦਾ ਸਿੰਘ ਬਹਾਦਰ ਨੇ ਛੱਤ ਤੋਂ ਸੂਬਾ ਸਰਹੰਦ ਵਜ਼ੀਰ ਖਾਨ ਚਿੱਠੀ ਲਿਖੀ ਤੇ ਸੂਬਾ ਸਰਹੰਦ ਵਜ਼ੀਰ ਖਾਨ ਨੇ ਜਦੋਂ ਪੜ੍ਹੀ ਖਾਲਸੇ ਦੀ ਚਿੱਠੀ ਇਹਦੇ ਪੈਰਾਂ ਥਲੋਂ ਕਿਵੇਂ ਨਿਕਲੀ ਜ਼ਮੀਨ ਇਹਦਾ ਬਾਲ ਬੱਚਾ ਮਾਰ ਮਾਰ ਕੇ ਤਹਾਂ ਕਿਵੇਂ ਰੋਂਦਾ ਸਰਵਣ ਕਰਨਾ ਬਾਬਾ ਬੰਦਾ ਸਿੰਘ ਬਹਾਦਰ ਦੀ ਚਿੱਠੀ ਸੂਬਾ ਸਰਹੰਦ ਵਜ਼ੀਰ ਖਾਨ ਦੇ ਕੋਲ ਹੈ ਇਉਂ ਪਹੁੰਚੀ Thank you.
ਬੇੜੀ ਡੁੱਬ ਗਈ ਸੁਜਾ ਨਦੀ ਕਿਨੇ ਸਾਡੇ ਬਾਪ ਨੂੰ ਵਸਾਇਆ ਇਹਨਾਂ ਬੱਚਿਆਂ ਦੇ ਤੇ ਕਮਾਇਆ ਇਹ ਸੁਜਾ ਨਦ ਨਾ ਸਾਡੇ ਬਾਪ ਨੂੰ ਸੁਣਦਾ ਤੇ ਨਾ ਨਾ ਬੱਚਿਆਂ ਦੇ ਤੇ ਕਮਾਉਂਦੇ ਨਾ ਸਹਿਬਾਂ ਦੇ ਸ਼ੀਰ ਕੀਤੇ ਜਾਂਦੇ ਹੁਣ ਇਹਦੇ ਬਾਲ ਬਣ ਕੇ ਮਾਰ ਮਾਰ ਕੇ ਤਹਾ ਕਿਵੇਂ ਰੋਂਦੇ ਨੇ ਤੇ ਆਮ ਲੋਕ ਕਹਿੰਦੇ ਨੇ ਕਿ ਬੱਚਾ ਇੱਥੇ ਇਸੇ ਘਰ ਵਿੱਚ ਹੈ ਕਿ ਜੋ ਬਾਲ ਬਣਦਾ ਵਿੱਚ ਨੌਕਰੀ ਕਰਦੇ ਸਨ ਸੂਬਾ ਸਰਹੰਦ ਵਜ਼ੀਰ ਖਾਨ ਨੇ ਕਿਹਾ ਆਲੀ ਸਿੰਘ
ਤੁਹਾਡਾ ਪਹਿਲਾ ਗੁਰੂ ਭਜਾਇਆ ਤਾਂ ਜਾ ਕੇ ਮਰ ਗਿਆ ਨਾ ਦੇਣ ਵਿੱਚ ਅਪਸ਼ਬਦ ਰੁੱਖੇ ਸ਼ਬਦ ਤੁਹਾਡਾ ਪਹਿਲਾ ਗੁਰੂ ਭਜਾਇਆ ਜਾ ਕੇ ਨਾ ਦੇਣ ਵਿੱਚ ਮਰ ਗਿਆ ਉਹ ਮੈਨੂੰ ਖਬਰ ਲੱਗੀ ਹੈ ਕਿ ਤੁਹਾਡਾ ਇੱਕ ਬੰਦਾ ਸਿੰਘ ਨਵਾਂ ਗੁਰੂ ਬਣ ਕੇ ਆ ਗਿਆ ਸਰਹੰਦ ਤੇ ਚੜ੍ਹਾਈ ਕਰਨ ਵਾਸਤੇ ਜਾ ਉਹਦੇ ਨਾਲ ਰਲ ਕੇ ਜਾ ਕੇ ਚੜ੍ਹਾਈ ਕਰੋ ਸਰਹੰਦ ਤੇ ਅੱਗੇ ਤੋਂ ਜਾ ਕੇ ਨਾ ਦੇਣ ਵਿੱਚ ਮਰਿਆ ਸਰਹੰਦ ਦੇ ਨੇੜੇ ਢੁੱਕੇ ਤਾਂ ਸਹੀ ਜੇ ਉਹਦੀਆਂ ਫੋਟੀਆਂ ਫੋਟੀਆਂ ਕਰਕੇ ਕਾਵਾਂ ਕੁੱਤਿਆਂ ਨੇ ਪਾਈਆਂ ਤੇ ਸਾਨੂੰ ਕਿਸੇ ਪਠਾਣੀ ਮਾਂ ਦੇ ਜਾਏ ਨਾ ਜਾਓ ਤੁਹਾਡੇ ਚੋਂ ਅਣਖਰਾ ਮਾਤਾ ਹੈ ਜਦੋਂ ਕਲਗੀ ਵਾਲੇ ਪਾਤਸ਼ਾਹ ਦੀ ਸ਼ਾਨ ਦੇ ਅਪ ਸ਼ਬਦ ਬੋਲੇ ਆਲੀ ਸਿੰਘ ਤੇ ਮਾਲੀ ਸਿੰਘ ਨੇ ਕਿਹਾ ਸੂਬਾ ਸਰਹੰਦ ਵਜ਼ੀਰ ਖਾਂ ਇਹ ਠੀਕ ਹੈ ਕਿ ਤੇਰੇ ਕੋਲ ਅਸੀਂ ਰੋਜੀ ਰੋਟੀ ਕਾਰਨ ਇੱਕ ਵਸੀਲੇ ਦੇ ਰੂਪ ਵਿੱਚ ਨੌਕਰੀ ਕਰਦੇ ਹਾਂ ਜਿੰਨੇ ਤੁਹਾਨੂੰ ਆਪਣੇ ਹਜ਼ਰਤ ਮੁਹੰਮਦ ਪਿਆਰੇ ਨੇ ਉਹਨੇ ਸਾਨੂੰ ਕਲਗੀ ਵਾਲੇ ਪਾਤਸ਼ਾਹ ਪਿਆਰੇ ਇਸ ਤੋਂ ਬਾਅਦ ਕੋਈ ਅਜਿਹੀ ਗੱਲ ਨਾ ਕਹੀ ਕਿਤੇ ਹੋ ਸਕਦਾ ਇਸ ਕਚਹਿਰੀ ਵਿੱਚ ਕਿਤੇ ਲੋਹੇ ਤੇ ਲੋਹਾ ਨਾ ਖੜਕ ਜਾਵੇ ਸੂਬਾ ਸਰਹੰਦ ਵਜ਼ੀਰ ਖਾਂ ਕਿਹਦਾ ਹੈ ਉਹ ਨੌਕਰੀ ਮੇਰੀ ਫੌਜ ਵਿੱਚ ਮੇਰੇ ਦਰਬਾਰ ਵਿੱਚ ਜੋ ਤਨਖਾਹਾਂ ਮੇਰੇ ਕੋਲੋਂ ਉਹ ਸਿਰ ਤੋਂ ਨਾ ਕਾਫਰਾਂ ਦੇ ਪੀਰ ਦੀ ਸਿਪਾਹੀਆਂ ਨੂੰ ਹੁਕਮ ਦਿੱਤਾ ਚੁੱਕੋ ਇਹਨਾਂ ਨੂੰ ਸੁੱਟੋ ਕੈਦਖਾਨੇ ਵਿੱਚ ਕੈਦਖਾਨੇ ਵਿੱਚ ਸੁੱਟ ਦਿੱਤਾ ਜਿੰਨੀ ਛੇਤੀ ਕੈਦ ਉਨੀ ਛੇਤੀ ਰਿਹਾਈ ਕਾਰਨ ਕੀ ਹੈ ਕਾਰਨ ਸਪਸ਼ਟ ਹੈ ਕਿ ਵੱਡੀ ਵੱਡੀ ਮੈਂ ਤਾਂ ਅਕਸਰ ਕਿਹਾ ਕਰਦਾ ਜੇ ਪੁਰਾਤਨ ਛਾਬੇ ਨਾਲੋਂ ਵਰਤਮਾਨ ਛਾਬੇ ਦੀ ਕਿਤੇ ਸਮਾਂ ਤੋਰ ਕੀਤਾ ਜਾਵੇ ਨਾ ਹੋ ਸਕਦਾ ਪੁਰਾਤਨ ਛਾਬੇ ਨਾਲੋਂ ਵਰਤਮਾਨ ਛਾਬਾ ਹੀ ਭਾਰਾ ਨਿਕਲੇ ਵਰਤਮਾਨ ਛਾਬਾ ਭਾਰਾ ਨਿਕਲੇ ਮੁਕੱਦਮੇ ਦਰਜ ਗਰੀਬਾਂ ਤੇ ਹੁੰਦੇ ਨੇ ਗਰੀਬਾਂ ਤੇ ਹੁੰਦੇ ਨੇ ਜਿਹਦੀ ਕੋਈ ਦਾਦ ਫਰਿਆਦ ਨਹੀਂ ਹੁੰਦੀ ਜਿਹਦੇ ਕੋਲ ਕੋਈ ਵਕੀਲ ਕਰਨ ਦੀ ਸਮਰੱਥਾ ਨਹੀਂ ਹੁੰਦੀ ਤੇ ਜਿਹਦੇ ਕੋਲੋਂ ਕਰੋੜਾਂ ਦੇ ਹਿਸਾਬ ਨਾਲ ਬਲੈਕਮੇਲ ਦਾ ਮਾਲ ਫੜਿਆ ਜਾਵੇ ਕਹਿੰਦਾ 2 ਕਰੋੜ ਦਾ ਮਾਲ ਲੈ ਗਿਆ 50 ਲੱਖ ਫਲਾਣੇ ਨੂੰ ਦਿਓ ਤੇ ਆਪਣੇ ਆਪ ਕੰਮ ਸਿੱਧਾ ਉਹ ਦੂਜੇ ਦਿਨ ਬਾਹਰ ਆ ਦੂਜੇ ਦਿਨ ਬਾਹਰ ਦੂਜੇ ਦਿਨ ਬਾਹਰ ਆ ਮੇਰੇ ਨਾਲ ਦਾ ਸਾਥੀ ਦੱਸ ਰਿਹਾ ਸੀ ਕੱਲ ਕਿ ਸਾਡੇ ਪਿੰਡੋਂ ਇੱਕ ਬੰਦੇ ਕੋਲ 2.5 ਕਰੋੜ ਦੀ ਹੀਰੋਇਨ ਫੜੀ ਤੇ ਇੱਕ ਵਿਚਾਰਾ ਰਕਸ਼ਾ ਬੋਲਦਾ ਕਿਤੇ ਗਰੀਬ ਕੈਪਸੂਲ ਖਾਂਦਾ ਸੀ 2-4 ਖਾਂਦਾ ਹੋਊ ਤੇ ਉਹ ਫੜਿਆ ਗਿਆ ਉਹ ਅਜੇ ਤੱਕ ਜੇਲ੍ਹ 'ਚ ਬੈਠਾ ਹੈ ਤੇ ਜਿਹਦੇ ਕੋਲ 2.5 ਕਰੋੜ ਦੀ ਫੜੀ ਗਈ ਦੂਜੇ ਦਿਨ ਬਾਹਰ ਆ ਉਹ ਦੂਜੇ ਦਿਨ ਬਾਹਰ ਐ ਮੁਸ਼ੰਤਾ ਦੇ ਕੇ ਫਿਰਦਾ ਕਹਿੰਦਾ ਫੇਰ ਕੀ ਹੋਇਆ ਕਿਉਂਕਿ ਇਹ ਹਾਲਾਤ ਬਣੇ ਹੋਏ ਨੇ ਯਾਨੀ ਕਿ ਰਾਤ ਨੂੰ ਪਹਿਰੇਦਾਰਾਂ ਨੂੰ ਦਿੱਤੀ ਵੱਡੀ 23 ਸਿੰਘਾਂ ਦਾ ਜਥਾ ਲੈ ਕੇ ਆਲੀ ਸਿੰਘ ਤੇ ਮਾਲੀ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਆਣ ਕੇ ਮਿਲ ਗਏ ਸੁੱਚਾ ਨੰਦ ਦਾ ਭਤੀਜਾ 1000 ਸਿਪਾਹੀ ਲੈ ਕੇ ਆਇਆ ਇਹ ਕਿਉਂ ਆਇਆ ਸੂਬਾ ਸਰਹੰਦ ਵਜ਼ੀਰ ਖਾਂ ਨੇ ਕਿਹਾ ਤੁਸੀਂ ਬਹਾਨਾ ਬਣਾਓ ਕਿ ਸੁੱਚਾ ਨੰਦ ਨੇ ਸਾਹਿਬ ਮੇਰੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਜਾਇਦਾਦ ਮੇਰੀ ਖੋਲੀ ਜਾਇਦਾਦ ਖੋਲੀ ਹੈ ਤੇ ਮੈਂ ਤੁਹਾਡੇ ਕੋਲੋਂ ਅਮਦਾਦ ਲੈਣ ਵਾਸਤੇ ਆਇਆ ਪਰ ਕਰਨਾ ਕੀ ਹੈ ਜਿਵੇਂ ਜਮਸ਼ੈਦ ਖਾਂ ਤੇ ਗੁੱਲ ਖਾਂ ਨੇ ਗੁਰੂ ਗੋਬਿੰਦ ਸਿੰਘ ਉੱਤੇ ਖੰਜਰ ਦਾ ਵਾਰ ਕੀਤਾ ਇਸੇ ਤਰ੍ਹਾਂ ਤੂੰ ਬੰਦਾ ਸਿੰਘ ਉੱਤੇ ਵਾਰ ਕਰਕੇ ਬੰਦਾ ਸਿੰਘ ਨੂੰ ਸਰਹੰਦ ਤੇ ਚੜ੍ਹਾਈ ਕਰਨ ਤੋਂ ਪਹਿਲਾਂ ਹੀ ਅੰਗਰੇਜ਼ਾਂ ਨੂੰ ਤੋੜ ਦੇ 1000 ਸਿਪਾਹੀ ਲੈ ਕੇ ਬੰਦਾ ਸਿੰਘ ਦੀ ਫੌਜ ਭਰਤੀ ਹੋ ਗਈ ਪਰ ਇਹਦਾ ਦਾਅ ਇਸ ਕਰਕੇ ਨਾ ਲੱਗਾ ਆਲੀ ਸਿੰਘ ਮਾਲੀ ਸਿੰਘ ਸਲੋਦੀ ਪਿੰਡ ਵਾਲੇ ਯਾਦ ਰੱਖਣਾ ਬਖਸ਼ੀ ਗੁਲਾਬ ਸਿੰਘ ਬਾਜ ਸਿੰਘ ਫਤਿਹ ਸਿੰਘ ਮਲਵਈ ਇਹ ਆਪੋ ਆਪਣੇ ਜਥੇ ਲੈ ਕੇ ਬੰਦਾ ਸਿੰਘ ਬਹਾਦਰ ਦੀ ਨਿਗਰਾਨੀ ਯਾਨੀ ਕਿ ਪਹਿਰੇਦਾਰ ਦੇ ਰੂਪ ਵਿੱਚ 24 ਘੰਟੇ ਹਾਜ਼ਰ ਰਹਿੰਦੇ ਸਨ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ 4 ਤਰ੍ਹਾਂ ਦੀ ਫੌਜ ਇੱਕ ਫੌਜ ਹੈ ਯਾਨੀ ਕਿ ਸਿਰ ਦਰ ਦੀ ਬਾਜੀ ਲਾਉਣ ਵਾਲੀ ਜਿੰਨੇ ਕਿ ਆਏ ਸਨ ਮਰਨ ਮਾਰਨ ਵਾਸਤੇ ਦੂਜੀ ਫੌਜ ਹੈ ਫੂਲਕੀਆਂ ਮਿਸਲ ਵਾਲੇ ਸਰਦਾਰਾਂ ਨੇ ਤਨਖਾਹ ਦਰ ਛਪਾਈਆਂ ਦੀ ਤੀਸਰੀ ਫੌਜ ਹੈ ਸੁੱਚਾ ਨੰਦ ਦੇ ਭਤੀਜੇ ਦੀ ਚੌਥੀ ਫੌਜ ਹੈ ਇਲਾਕੇ ਦੇ ਲੁਟੇਰਿਆਂ ਦੀ 4 ਤਰ੍ਹਾਂ ਦੀ ਫੌਜ ਸੂਬਾ ਸਰਹੰਦ ਵਜ਼ੀਰ ਖਾਂ ਨੇ ਮਲੇਰਕੋਟਲੀਆਂ ਨੂੰ ਚਿੱਠੀ ਲਿਖੀ ਮਲੇਰਕੋਟਲੀਏ ਪਠਾਨ ਸ਼ੇਰ ਮੁਹੰਮਦ ਖਾਂ ਉਹ ਸ਼ੇਰ ਮੁਹੰਮਦ ਖਾਂ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ ਸੂਬਾ ਸਰਹੰਦ ਵਜ਼ੀਰ ਖਾਂ ਨੇ ਕਿਹਾ ਸ਼ੇਰ ਮੁਹੰਮਦ ਖਾਂ ਤੁਹਾਡੇ ਭਰਾ ਨੂੰ ਇਹਨਾਂ ਦੇ ਪਿਓ ਨੇ ਤੀਰ ਮਾਰ ਕੇ ਮਾਰਿਆ ਚਮਕੌਰ ਦੀ ਗਲੀ 'ਚ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈਣਾ ਤਾਂ ਸਾਹਿਬਜ਼ਾਦਿਆਂ ਕੋਲੋਂ ਲੈ ਲੈ
पास मर्द ने छाती ठोकी मर्द ने उन्हें कहा मर्द बदले लेंदे ने बराबर दे जोड़ कोलों लेंदे ने जेड़े किसी की औलाद कोलों बदले लेंदे ने ओ कैर अते डरपोक मनुख हुंदे ने ओ बुझदे ने लोक हुंदे ने जे इन्हां दा बाप आवे इन्हां दे सिंह आउण साडे जोड़ दे असी ना मरिए ना मारिए सानू किसी पठानी मां दे जाए ना कहीं पर ये तां मासूम बच्चे ने ये दुध चुंघदे बच्चे ने इन्हां ते कैर ढाउणा ए अल्लाह ताला खुदावंद करीम इस गल दी अगवाई नहीं दिंदा इस गल दी गवाही नहीं सानू मिलदी असी नहीं जो इन्हां ते कैर ढाउणा। सूबा सरहंद वजीर खां ने कहा ठीक है याद रखो तेन ओदे त्यागने पैणगे। शेर मोहम्मद का छाती ठोके कहिंदा कहिंदा बदला ही लेना होगा ता लेंगे हम बाप से। योगी अल्लाह यार खां लिखदे ने बदला ही लेना होगा ता लेंगे हम बाप से खुदा मैं पूज रखे ऐसे बाप से। हादा नारा मार गया ते सूबा सरहंद वजीर खां ने चिट्ठी लिखी ओ मलेरकोटलियो ਉਦੋਂ ਤੱਕ ਇਹਨੇ ਸਭ ਬਰਾਬਰ ਦੇ ਜੋੜ ਕੋਲੋਂ ਬਦਲਾ ਲੈਣਾ ਹੁਣ ਘਰ ਬੈਠੇ ਬੇਗਮਾਂ ਕੋਲ ਡੀਂਗਾ ਮਾਰੋ ਕਿਉਂਕਿ ਤੇ ਆਓ ਤੁਹਾਡੀ ਲੋੜ ਹੈ। ਇਹ ਸ਼ੇਰ ਮੁਹੰਮਦ ਖਾਂ ਇੱਥੇ ਆਇਆ ਹੈ ਆਇਆ ਸ਼ੇਰ ਮੁਹੰਮਦ ਖਾਂ ਨਾਲ ਇਹਦਾ ਇੱਕ ਭਰਾ ਹੈ ਉਹਦਾ ਨਾਂ ਹੈ ਖਵਾਜਾ ਮਹਿਮੂਦ ਅਲੀ ਜਿਹਨੂੰ ਪਾਤਸ਼ਾਹ ਨੇ ਜਫਰਨਾਮੇ 'ਚ ਮਰਦੂਦ ਗੀਦੀ ਕਰਕੇ ਲਿਖਿਆ ਜਿਹਨੇ ਪੌੜੀ ਉਹਨੇ ਲੋਕੇ ਜਾਨ ਬਚਾਈ ਸੀ। ਰੋਪੜ ਦੀ ਲੜਾਈ ਵਿੱਚ ਇਹ ਖਵਾਜਾ ਮਹਿਮੂਦ ਅਲੀ ਮਾਝੇ ਦੇ ਦੁਆਬੇ ਦੇ ਸਿੰਘਾਂ ਦੇ ਹੱਥੋਂ ਮਾਰਿਆ ਗਿਆ। ਸ਼ੇਰ ਮੁਹੰਮਦ ਖਾਂ ਆਪਣਾ ਚੋਣਵਾਂ ਜਥਾ ਲੈ ਕੇ ਇੱਥੇ ਆ ਗਿਆ। ਅੱਗੇ ਹੈ ਹਾਥੀਆਂ ਦੀ ਕਤਾਰ ਉਹ ਤੋਂ ਪਿੱਛੇ ਹੈ ਤੋਪਖਾਨਾ ਉਹ ਤੋਂ ਪਿੱਛੇ ਨੇ ਮਲੇਰਕੋਟਲੀ ਪਠਾਨ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਦਾਰ ਪਾਸ ਸਿੰਘ ਨੂੰ ਹੁਕਮ ਕੀਤਾ ਆਪਣਾ ਚੋਣਵਾਂ ਜਥਾ ਲੈ ਕੇ ਗਾਂਵ ਦੇ। ਸਰਦਾਰ ਪਾਸ ਸਿੰਘ ਇਹ ਪੱਟੀ ਦਾ ਮਾਝੇ ਦਾ ਸਰਦਾਰ ਹੈ ਆਪਣਾ ਚੋਣਵਾਂ ਜਥਾ ਲੈ ਕੇ ਜਦੋਂ ਗਾਂ ਆਇਆ ਤੇ ਮਲੇਰਕੋਟਲੀ ਪਠਾਨ ਇਹ ਸਰਦਾਰ ਬਾਜ ਸਿੰਘ ਦੇ ਟਾਕਰੇ ਤੇ ਆ ਗਿਆ। ਅੰਧਾ ਧੁੰਦ ਤਲਵਾਰ ਚੱਲੀ ਇੱਥੇ ਮਲੇਰਕੋਟਲੀ ਪਠਾਨ ਖਾਲਸੇ ਦੀ ਤਲਵਾਰ ਦੀ ਪੇੜ ਚੜ ਗਿਆ। ਸ਼ੇਰ ਮੁਹੰਮਦ ਖਾਂ ਸਖਤ ਤੇ ਫੱਟੜ ਹੋਇਆ ਬਾਕੀ ਮਾਰੇ ਗਏ। ਜਦੋਂ ਕਿ ਤੋਪਖਾਨਾ ਚੱਲਿਆ ਹਾਥੀ ਮਾਰੇ ਗਏ ਇੱਥੇ ਹੀ ਕਹਿੰਦੇ ਕਿ ਸੁੱਚਾ ਨੰਦ ਦਾ ਭਤੀਜਾ ਆਪਣਾ 1000 ਸਿਪਾਹੀ ਲੈ ਕੇ ਮੈਦਾਨ ਚ ਹਰਨ ਹੋ ਗਿਆ ਕਿ ਫੜ ਲਓ ਮਾਰ ਲਓ ਜਨੀ ਕੇ ਖਾਲਸਾ ਫੌਜਾਂ ਦੇ ਇੱਕਦਮ ਪੈਰ ਹਿੱਲ ਗਏ। ਸਰਦਾਰ ਬਾਜ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਬਰ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਖਲੋਤਾ ਸੀ ਸਰਦਾਰ ਫਤਿਹ ਸਿੰਘ ਮਲਵਈ। ਸਰਦਾਰ ਫਤਿਹ ਸਿੰਘ ਮਲਵਈ ਕਿਤੇ ਇਹਦੇ ਵੱਡ ਵਡੇਰੇ ਧੰਨ ਗੁਰੂ ਰਾਮਦਾਸ ਮਾਰ ਦੇ ਦਰਬਾਰ ਸੇਵਾ ਕਰਨ ਵਾਸਤੇ ਆਏ। ਇਸ ਬਜ਼ੁਰਗ ਜੋੜੇ ਦਾ ਨਾਂ ਸੀ ਬਾਬਾ ਆਦਮ। ਸਾਰੀ ਰਾਤ ਸੰਗਤਾਂ ਦੀ ਸੇਵਾ ਕੀਤੀ ਤੇ ਧੰਨ ਗੁਰੂ ਰਾਮਦਾਸ ਮਾਰੇ ਕਹਿੰਦੇ ਨੇ ਕਿ ਬਾਬਾ ਤੂੰ ਬੜੀ ਸੇਵਾ ਕੀਤੀ ਹੈ ਬੜੀ ਸੇਵਾ ਕੀਤੀ ਹੈ ਮੰਗ ਮੰਗਣਾ ਕੋਈ। ਤੇ ਕਹਿੰਦੇ ਨੇ ਕਿ ਚਿੱਟਾ ਦਾੜਾ ਵੇਖਿਆ ਸੰਗਤਾਂ ਵਾਲੇ ਵੇਖਿਆ ਸ਼ਰਮਾ ਗਿਆ ਕਿ ਲੋਕ ਵਿਖਾਉਣ ਕਰਨਗੇ ਕਬਰ 'ਚ ਲੱਤਾਂ ਚਿੱਟਾ ਦਾੜਾ ਬੁੱਢੇ ਵਾਲੇ ਪੁੱਤ ਮੰਗਦਾ ਫਿਰਦਾ। ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਨਾਮ ਦਾਨ ਬਖਸ਼ ਨਾਮ ਦਾਨ ਬਖਸ਼। ਸਤਿਗੁਰੂ ਜਾਨੀ ਜਾਣ ਸਨ ਪਾਤਸ਼ਾਹ ਕਹਿੰਦੇ ਕੱਲ ਆਵੀਂ ਤੇ ਨਾਲ ਦੀ ਘਰ ਵਾਲੀ ਨੂੰ ਵੀ ਲਈ ਆਵੀਂ। ਅਗਲੇ ਦਿਨ ਗਏ ਤੇ ਬਾਬਾ ਆਦਮ ਫਿਰ ਮਨ ਨੂੰ ਸੋਚਦਾ ਕਿ ਪਾਤਸ਼ਾਹ ਤੋਂ ਨਾਮ ਦਾਨ ਮੰਗ ਲਵਾਂ। ਇਹਦੀ ਘਰ ਵਾਲੀ ਕਹਿੰਦੀ ਝੋਲੀ ਆੜ ਕੇ ਪਾਤਸ਼ਾਹ ਜੇ ਪੁੱਠੇ ਦੇ ਦੁਨੀਆਂ ਤੇ ਮਾਂ ਆਖਣ ਵਾਲਾ ਕੋਈ ਇਹ ਝੋਲੀ 'ਚ ਖੈਰ ਪਾ ਦੇ। ਸਤਿਗੁਰੂ ਗੁਰੂ ਰਾਮਦਾਸ ਮਾਰ ਕਹਿੰਦੇ ਮਾਤਾ ਤੇਰੇ ਭਾਗਾਂ 'ਚ ਪੋਤੀ ਕੋਈ ਨੀ ਕਾਲ ਪੁਰਖ ਨੇ ਲਿਖਿਆ ਪਾਤਸ਼ਾਹ ਤੁਸੀਂ ਲਿਖਣਾ ਸੀ ਨਾ ਉੱਥੇ ਨਹੀਂ ਜੇ ਲਿਖਿਆ ਇੱਥੇ ਲਿਖ ਦੇ। ਸਤਿਗੁਰੂ ਮੇਰਾ ਦੇ ਘਰ ਵਿੱਚ ਆ ਕੇ ਕਹਿੰਦੇ ਲੈ ਮਾਤਾ ਤਿੰਨ ਪੁੱਤਰ ਸਾਡੇ ਘਰ ਹੋ ਚੁੱਕੇ ਨੇ ਚੌਥਾ ਪੁੱਤਰ ਜਿਹੜਾ ਸਾਡੇ ਘਰ ਹੋਵੇਗਾ ਤੁਹਾਨੂੰ ਅਸੀਂ ਦੇਣੇ ਆ ਨਾ ਸੋਹਣਾ ਰੱਖ ਲਿਆ। ਮਾਤਾ ਹੱਥ ਜੋੜ ਕੇ ਕਹਿੰਦੀ ਪਾਤਸ਼ਾਹ ਜਿੱਥੇ ਪੁੱਤ ਦਿੱਤਾ ਜੇ ਉੱਥੇ ਨਾਂ ਵੀ ਸੋਹਣਾ ਆਪ ਹੀ ਰੱਖ ਦਿਓ। ਸਤਿਗੁਰੂ ਗੁਰੂ ਰਾਮਦਾਸ ਮਾਰੇ ਨਾਂ ਰੱਖਿਆ ਭਾਈ ਭਗਤੂ ਭਗਤੀ ਵਾਲਾ ਹੋਵੇਗਾ ਅੰਸ਼ ਬੰਸ਼ ਵਧੇਗਾ। ਭਾਈ ਭਗਤੂ ਦੀ ਅੰਸ਼ ਬੰਸ਼ ਵਿੱਚੋਂ ਭਾਈ ਉਦੇ ਸਿੰਘ ਹੋਏ ਨੇ ਕੈਥਲ ਵਾਲੇ ਰਾਜੇ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਪਾਸੋਂ ਗੁਰਪ੍ਰਤਾਪ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕਰਵਾਈ। ਇਹ ਏਡਾ ਮਹਾਨ ਘਰਾਣਾ ਹੋਇਆ ਭਾਈ ਭਗਤੂ ਦੀ ਅੰਸ਼ ਬੰਸ਼ ਵਿੱਚੋਂ ਹੋਇਆ ਭਾਈ ਫਤਿਹ ਸਿੰਘ।
ਮਲਵਈ ਸਰਦਾਰ ਇਹ ਆਪਣਾ ਜਥਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਖਲੋਤਾ ਹੈ। ਬੰਦਾ ਸਿੰਘ ਨੇ ਕਿਹਾ ਫਤਿਹ ਸਿੰਘ ਆਪਣਾ ਚੋਣਵਾਂ ਜਥਾ ਲੈ ਕੇ ਗਾਵ ਦੋ। ਫਤਿਹ ਸਿੰਘ ਮਲਵਈ ਹੋ ਕੇ ਘੋੜੇ ਤੇ ਸਵਾਰ ਆਇਆ ਮਦਾਨੇ ਜੰਗਿੰਦਰ ਸੂਬਾ ਸਰਹੱਦ ਵਜ਼ੀਰ ਖਾਂ ਆਪਣਾ ਚੋਣਵਾਂ ਜਥਾ ਲੈ ਕੇ ਜਦੋਂ ਗਾਵ ਲਿਆ ਇੱਕ ਬੰਨੇ ਸੂਬਾ ਸਰਹੱਦ ਵਜ਼ੀਰ ਖਾਂ ਦਾ ਦਾਤਾ ਹੈ, ਦੂਜੇ ਬੰਨੇ ਸਰਦਾਰ ਫਤਿਹ ਸਿੰਘ ਮਲਵਈ ਦਾ ਦਾਤਾ ਹੈ। ਤੱਕੀਏ ਵੀ ਸਰਦਾਰ ਫਤਿਹ ਸਿੰਘ ਮਲਵਈ ਤੇ ਸੂਬਾ ਸਰਹੱਦ ਵਜ਼ੀਰ ਖਾਂ ਦੀਆਂ ਫੌਜਾਂ ਦਾ ਜਿਵੇਂ ਆਮੋ ਸਾਹਮਣਾ ਮੁਕਾਬਲਾ ਹੋਇਆ, ਜਿਵੇਂ ਫਤਿਹ ਸਿੰਘ ਮਲਵਈ ਨੇ ਸੂਬਾ ਸਰਹੱਦ ਵਜ਼ੀਰ ਖਾਂ ਦੀ ਫੌਜ ਤੇ ਹਮਲਾ ਕੀਤਾ ਉਹਦਾ ਵੇਰਵਾ ਢਾਡੀ ਯਥਾ ਦੋ ਲੈਣਾ ਵਿੱਚ
ਸਾਥੀਆਂ ਤਾਨੀਆਂ ਨੇ ਉਹ ਜਿਵੇਂ ਸ਼ਮਾਂ ਤੇ ਪੌਣ ਪਤੰਗ ਝੁਰਮਟ ਸਜ ਕੇ ਮੌਤ ਤੋਂ ਕਈ ਜਵਾਨੀਆਂ ਨੇ ਸੀਤਲ ਅੱਜ ਤਲਵਾਰ ਦੀ ਭੇਟ ਹੋਣਾ ਪਲਾਂ ਵਿੱਚ ਕਈਆਂ ਜਿੰਦ ਖਾਨੀਆਂ ਨੇ ਮੇਰਾ ਕਹਿਣ ਨਹੀਂ ਕਰਨ ਵੀ ਜਾਣਦੇ ਹਾਂ ਫੜਾ ਖਾਲਸੇ ਫੂਕੀਆਂ ਮਾਰਦੇ ਨਹੀਂ ਮੇਰਾ ਕਹਿਣ ਨਹੀਂ ਕਰਨ ਵੀ ਜਾਣਦੇ ਹਾਂ ਫੜਾ ਖਾਲਸੇ ਫੂਕੀਆਂ ਮਾਰਦੇ ਨਹੀਂ ਰੂਲੂ ਰੇਤ ਦੇ ਅੰਦਰ ਕਿਣਕੇ ਹੋ ਪਾਵੇ ਕਣੀ ਇੱਕ ਵੀ ਹੀਰੇ ਦੀ ਦਮਕਦੀ ਰਹੂ ਜਦ ਤੱਕ ਚੰਦ ਸੂਰਜ ਦੋਵੇਂ ਕੈਮ ਸੀਤਲ ਸ਼ਾਨ ਖਾਲਸੇ ਦੀ ਸਦਾ ਚਮਕਦੀ ਰਹੂ ਅੰਧਾ ਧੁੰਦ ਤਲਵਾਰ ਚੱਲਦੀ ਸੂਬਾ ਸਰਹੰਦ ਵਜ਼ੀਰ ਖਾਂ ਦੀ ਰਾਖਵੀਂ ਫੌਜ ਬਹੁਤ ਸਾਰੀ ਮਾਰੀ ਗਈ ਹਾਥੀ ਪਿਛਾਂ ਭੱਜਣੇ ਸ਼ੁਰੂ ਹੋ ਗਏ ਸਿੰਘਾਂ ਕੋਲ ਕੋਈ ਨਾ ਤੋਪਖਾਨਾ ਨਾ ਕੋਈ ਹਾਥੀ ਹੈ ਨਾ ਕੋਈ ਜੰਬੂਰਕੇ ਨੇ ਨਾ ਕੋਈ ਉਸ ਵੇਲੇ ਮੌਕੇ ਦਾ ਨਵੀਨ ਹਥਿਆਰ ਹੈ ਪਰ ਸਿੰਘਾਂ ਕੋਲ ਕੀ ਹੈ ਇੱਕ ਦਿਲੀ ਜਜ਼ਬਾ ਪੰਥ ਪਿਆਰ ਕੌਮੀ ਸ਼ਾਨ ਆਨ ਅਤੇ ਆਪਸੀ ਭਰਾਤਰੀ ਭਾਈਚਾਰਾ ਅਣਖ ਦੀ ਖਾਤਰ ਸਿੰਘ ਜਾਨਾ ਹੂਰ ਕੇ ਲੜ ਰਹੇ ਨੇ ਤੇ ਸੂਬਾ ਸਰਹੰਦ ਵਜ਼ੀਰ ਖਾਂ ਦੀ ਫੌਜ ਦੇ ਪੈਰ ਪਿੱਛੇ ਪੈ ਹੁਣ ਆਖਿਰਕਾਰ ਸੂਬਾ ਸਰਹੰਦ ਵਜ਼ੀਰ ਖਾਂ ਨੇ ਆਪਣੇ ਰਾਖਵੇਂ ਦਸਤੇ ਨੂੰ ਹੁਕਮ ਦਿੱਤਾ ਕਿ ਇੱਕੋ ਵਾਰ ਇਹਨਾਂ ਸਿੰਘਾਂ ਤੇ ਹਮਲਾ ਬੋਲਿਆ ਜਾਵੇ ਤਾਂ ਕਿ ਇਹ ਬੰਦਾ ਸਿੰਘ ਜੋ ਕਿ ਆਪਣੇ ਚੋਣਵੇਂ ਜਥੇ ਘੱਲ ਕੇ ਮਰਵਾਈ ਜਾਂਦਾ ਹੈ ਤੇ ਆਪ ਉੱਚੀ ਟਿੱਬੀ ਉੱਤੇ ਬੈਠ ਕੇ ਇਸ ਮੈਦਾਨੇ ਜੰਗ ਦਾ ਰੰਗ ਟੰਗ ਵੇਖ ਰਿਹਾ ਇਹ ਜਿੰਨਾ ਵੀ ਬੰਦਾ ਸਿੰਘ ਦਾ ਹਮਾਇਤੀ ਹੈ ਸਾਰੇ ਨੂੰ ਤੁਰਦੀਆਂ ਟਿਕਟਾਂ ਦੇ ਕੇ ਅਗਲੇ ਜਹਾਨ ਨੂੰ ਤੋਰ ਦੋ ਸੂਬਾ ਸਰਹੰਦ ਵਜ਼ੀਰ ਖਾਂ ਦੀਆਂ ਫੌਜਾਂ ਗਾਹਾਂ ਵਧੀਆਂ ਸਰਦਾਰ ਬਾਜ ਸਿੰਘ ਨੇ ਜਾ ਕੇ ਖਬਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇ ਦਿੱਤੀ ਕਿ ਬੰਦਾ ਸਿੰਘ ਆਪ ਤੁਸੀਂ ਚੋਣਵਾ ਜਥਾ ਲੈ ਕੇ ਇੱਥੇ ਦੇ ਕਿਉਂਕਿ ਚੌਵਾਂ ਹਿੱਸਿਆਂ ਵਿੱਚ ਫੌਜ ਵੰਡੀ ਹੈ ਇੱਕ ਤਨਖਾਹਦਾਰ ਫੌਜ ਇੱਕ ਲੜ ਮਰਨ ਵਾਲਿਆਂ ਦੀ ਫੌਜ ਇੱਕ ਸੁਚਾਨਾ ਦੇ ਭਤੀਜੇ ਦੀ ਫੌਜ ਇੱਕ ਲੁਟੇਰਿਆਂ ਦੀ ਫੌਜ ਸੁਚਾਨਾ ਦਾ ਭਤੀਜਾ ਵੀ ਨੱਸ ਗਿਆ ਲੁਟੇਰੇ ਵੀ ਕੁਝ ਹਰਨ ਹੋ ਗਏ ਤਨਖਾਹ ਦਾ ਸਿਪਾਹੀ ਵੀ ਥੋੜ੍ਹਾ ਜਿਹਾ ਪੈਰ ਪਿਛਾਂ ਨੂੰ ਖਿਸਕਾਉਣ ਲੱਗੇ ਬੰਦਾ ਸਿੰਘ ਬਹਾਦਰ ਨੇ ਵਕਤ ਦੀ ਨਿਜਾਕਤ ਨੂੰ ਪਹਿਚਾਣ ਕੇ ਆਪ ਆਇਆ ਘੋੜੇ ਤੇ ਸਵਾਰ ਹੋ ਕੇ ਮੈਦਾਨੇ ਜੰਗ ਹੁਣ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਹੋਇਆ ਘੋੜੇ ਤੇ ਸਵਾਰ ਆਇਆ ਮੈਦਾਨੇ ਜੰਗ ਅੰਦਰ ਤੇ ਸੂਬਾ ਸਰਹੰਦ ਵਜ਼ੀਰ ਖਾਂ ਵੇਖਦਾ ਕਿ ਆਹ ਹੈ ਇਹਨਾਂ ਦਾ ਨਵਿਆ ਬਣਿਆ ਗੁਰੂ ਬੰਦਾ ਸਿੰਘ ਜਿਹੜਾ ਕਿ ਸਿੱਖਾਂ ਕੋਲ ਸਾਡੇ ਕੋਲ ਸਰਹੰਦ ਖੋਣ ਵਾਸਤੇ ਹੈ ਆਹ ਹੈ ਜਿਹੜਾ ਮੈਨੂੰ ਮਾਰਨ ਵਾਸਤੇ ਹੈ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਸਣ ਕੱਪੜੀ ਅੱਗ ਲੱਗ ਉੱਠੀ ਕਹਿੰਦਾ ਕਿ ਬਸ ਇੱਕੇ ਹੱਲੇ ਨਾਲ ਇਹਨੂੰ ਢੇਰੀ ਕਰ ਦਿਓ ਆਪਣਾ ਰਾਖਵਾਂ ਦਸਤਾ ਲੈ ਕੇ ਜਦੋਂ ਗਾਂਹ ਵਧਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ 'ਚ ਖੂਨ ਤਰਾਇਆ ਖਾਲਸੇ ਦੇ ਟੋਲੇ ਫਰਕ ਉੱਤੇ ਖਾਲਸੇ ਨੇ ਛੱਡਿਆ ਸਤਿ ਸ੍ਰੀ ਅਕਾਲ ਦਾ ਜਕਾਰਾ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਕਲਗੀ ਵਾਲੇ ਪਾਤਸ਼ਾਹ ਦਾ ਬਚਨ ਕੀਤਾ ਯਾਦ ਆਪਣੀ ਭਾਵਾਂ ਰਸਣਾ ਤੋਂ ਉਚਾਰਨ ਕਰਕੇ ਸੂਬਾ ਸਰਹੰਦ ਵਜ਼ੀਰ ਖਾਂ ਤੇ ਹਮਲਾ ਕਰਨ ਦਾ ਆਪਣੇ ਖਾਲਸੇ ਨੂੰ ਹੁਕਮ ਦਿੱਤਾ ਆਪਣੀ ਪਾਵਾਂ ਰਸਣਾ ਤੋਂ ਬਚਨ ਪੜਦਾ ਖਾ ਖੰਡ ਭੈਣੰ ਖਾ ਦਰ ਖੰਡੰ ਅਤਨ ਮੰਡੰ ਬਰਮੰਡੰ ਕੋਈ ਡਾਂਡੇ ਖੰਡੰ ਤੇਜ ਪਰ ਖੰਡੰ ਜੋ ਕਿ ਮੰਡੰ ਭਾਨ ਪ੍ਰਭੰਗੰ ਸੁਖ ਸੰਤਾ ਕਰਨ ਦੁਰਮਤ ਦਰਨੰ ਕਲਪ ਕਰਨ ਅਸਰਨੰ ਜੈ 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 ਕਾਰਨ ਸਿਰਜੀ ਬਾਰਨ ਮਾਪਤ ਪਾਰਨ ਜੈ ਤੇਗੁੰ ਜੈ ਤੇਗੁੰ ਕਹਿ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹੰਦ ਵਜ਼ੀਰ ਖਾਂ ਤੇ ਜਿਵੇਂ ਹਮਲਾ ਕਰਕੇ ਜੰਗ ਦਾ ਫੈਸਲਾ ਕੀਤਾ ਉਸ ਦਾ ਨਕਸ਼ਾ ਅਰਸ਼ੀ ਦਾ ਟਾਹੀ ਹੈ।
ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹੰਦ ਵਜ਼ੀਰ ਖਾਂ ਤੇ ਹਮਲਾ ਕੀਤਾ। ਕਿਸੇ ਸਿੰਘ ਦਾ ਤੀਰ ਸੂਬਾ ਸਰਹੰਦ ਵਜ਼ੀਰ ਖਾਂ ਦੀ ਛਾਤੀ ਚ ਵੱਜਾ, ਘੋੜਿਓ ਪਲਟੀ ਖਾ ਕੇ ਜ਼ਮੀਨ ਤੇ ਡਿੱਗਾ। ਬਾਜ ਸਿੰਘ ਫਤਿਹ ਸਿੰਘ ਨੇ ਸ਼ੇਰਾਂ ਵਿੱਚ ਹੱਲਾ ਕਰਕੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਜਾਂ ਬਾਤੋਂ ਪਕੜਿਆ, ਬੰਦਾ ਸਿੰਘ ਨੇ ਪੇਸ਼ ਕੀਤਾ। ਬੰਦਾ ਸਿੰਘ ਨੇ ਕਿਹਾ ਕਿ 12 ਕੋਹ ਦਾ ਸਫ਼ਰ ਹੈ ਤੇ ਖਾਲਸੇ ਨੂੰ ਘੰਟਿਆਂ ਵਿੱਚ ਪੂਰਾ ਨਹੀਂ ਕਰਨਾ, ਮਿੰਟਾਂ ਸਕਿੰਟਾਂ ਵਿੱਚ ਪੂਰਾ ਕਰਨਾ। ਇਹਨੂੰ ਪਾਓ ਵੇੜਕਿਆਂ ਦੇ ਮਗਰ, ਇਹਦੀਆਂ ਲੱਤਾਂ ਨੂੰ ਪਾਓ ਰੱਸਾ। ਸਿਆਣੇ ਕਹਿੰਦੇ ਨੇ ਜੇ ਕਿਸੇ ਨੂੰ ਭਾਜੀ ਘੱਲੀਏ ਤੇ ਨਿਉਂਦਰੇ ਦੀ ਉਡੀਕ ਰੱਖ ਲੈਣੀ ਚਾਹੀਦੀ। ਅਸਲ ਵਿੱਚ ਇਹਨੇ ਖਾਲਸੇ ਨੂੰ ਪਾਈ ਆ ਭਾਜੀ ਤੇ ਨਿਉਂਦਰੇ ਦੇ ਰੂਪ ਵਿੱਚ ਇਹ ਸਰਹੰਦ ਵਿੱਚ ਜਾ ਕੇ ਇਹਦੇ ਨਾਲ ਤੁਕਦਾ ਸਾਫ਼ ਕੀਤਾ ਜਾਵੇਗਾ। ਬੰਦਾ ਸਿੰਘ ਕਹਿੰਦਾ ਫੌਜ ਆਪਣੀ ਅੱਜ ਲਵੋ ਸਾਹਿਬ ਮਕਾ ਸਿੰਘ। ਸਾਹਿਬਜ਼ਾਦਿਆਂ ਦਾ ਕਾਤਲ ਹੱਥ ਆਇਆ, ਮਨ ਪਾਉਂਦੀ ਦਿਓ ਸਜਾ ਸਿੰਘੂ, ਲੱਦੀ ਕਾਥਰ ਸਾ ਫਲਦਾ ਮਗਰ ਪਾ ਕੇ ਇਹਨੂੰ ਸ਼ਹਿਰ ਵੱਲ ਦਿਓ ਭਜਾ ਸਿੰਘੂ। ਇਹਦੇ ਸਾਹਮਣੇ ਇਹਦੇ ਬਾਲ ਬੱਚੇ ਜਿਉਂਦੇ ਅੱਗ ਵਿੱਚ ਦਿਓ ਜਲਾ ਸਿੰਘੂ। ਲੁੱਟ ਪੁੱਟ ਸਰਹੰਦ ਬਰਬਾਦ ਕਰਨੀ, ਦਿਓ ਇੱਟ ਨਾਲ ਇੱਟ ਖੜਕਾ ਸਿੰਘੂ। ਰਾਜਨੀਤੀ ਨਾ ਕਰੇ ਲਿਹਾਜ਼ ਸੀਤਲ, ਭਾਜੀ ਦਿਓ ਸ਼ਰੀਕ ਦੀ ਲਾ ਸਿੰਘੂ, ਭਾਜੀ ਦਿਓ ਸ਼ਰੀਕ ਦੀ ਲਾ ਸਿੰਘੂ। ਤਿੰਨ ਦਿਨ ਕਤਲੋ ਗਾਰਤ ਹੁੰਦੀ ਰਹੀ। ਬੰਦਾ ਸਿੰਘ ਨੇ ਆਖਿਰਕਾਰ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਪੁੱਛਿਆ, ਅਨੰਦਪੁਰ ਸਾਹਿਬ ਨੂੰ ਘੇਰਾ ਬਿਨਾਂ ਕਿਸੇ ਕਾਰਨ, ਕੀ ਚਮਕੌਰ ਦੀ ਗਲੀ ਵਿੱਚ ਤੂੰ 40 ਨਿਹੱਥੇ ਸਿੰਘਾਂ ਤੇ ਹਮਲਾ ਕੀਤਾ? ਜੋ ਸਭ ਕੁਝ ਉਹਨੂੰ ਪੁੱਛਿਆ ਕਿ ਦੁੱਧ ਚੁੰਘਦੇ ਮਾਸੂਮ ਬੱਚੇ ਤੂੰ ਸ਼ਹੀਦ ਕਰਵਾਏ ਨੇ, ਇਹਦੇ ਵਿੱਚ ਕੋਈ ਇਹਦੇ ਕੋਲ ਉੱਤਰ ਨਹੀਂ ਸੀ। ਇਹਨੇ ਸਭ ਕੁਝ ਪ੍ਰਵਾਨ ਕਰ ਲਿਆ ਕਿ ਮੈਂ ਕੀਤਾ, ਤੇ ਜਿਹੜਾ ਦੋਸ਼ ਕਬੂਲ ਕਰ ਲਵੇ, ਦੋਸ਼ੀ ਪਾਇਆ ਜਾਵੇ, ਉਹਦੀ ਸਜ਼ਾ ਕਿਸ ਤਰ੍ਹਾਂ ਦੀ ਹੁੰਦੀ ਹੈ? ਬੰਦਾ ਸਿੰਘ ਨੇ ਕਿਹਾ ਇਹਨੂੰ ਪਾਓ ਅੱਗ ਵਿੱਚ, ਇਹਦਾ ਸਰੀਰ ਕਰੋ ਯਾਨੀ ਕਿ ਝਲੂਸਾ, ਜਦੋਂ ਅੱਧ ਸੜਿਆ ਹੋਇਆ ਇਹਨੂੰ ਦਰਖਤ ਲਟਕਾ ਕੇ ਗੱਬੇ ਵਾਰ ਕਰਕੇ ਇਹਦੇ ਲੋਹ ਦੇ ਟੋਟੇ ਟੋਟੇ ਕੀਤੇ ਗਏ, ਕਾਵਾਂ ਕੁੱਤਿਆਂ ਕੇ ਪਾਇਆ ਗਿਆ। ਸੁੱਚਾ ਨੰਦ ਨੇ ਨਸਣ ਦਾ ਚਾਰਾ ਕੀਤਾ, ਪਾਪਾਂ ਦੀ ਕਮਾਈ ਨੇ ਇਹਨੂੰ ਬਣਾ ਨਸਣ ਦਿੱਤਾ। ਸੂਬਾ ਸਰਹੰਦ ਵਜ਼ੀਰ ਖਾਂ ਦਾ ਮੁੰਡਾ ਆਪਣਾ ਟੱਬਰ ਲੈ ਕੇ ਦਿੱਲੀ ਨੂੰ ਨੱਸ ਗਿਆ। ਉਹ ਬਾਬਾ ਬੰਦਾ ਸਿੰਘ ਬਹਾਦਰ ਜਿਹਦਾ 300 ਸਾਲਾ ਸ਼ਹੀਦੀ ਦਿਹਾੜਾ ਹਟਾ ਰਿਹਾ, ਇਹ ਤੁਹਾਡੇ ਦੁਆਬੇ ਦੇ ਰਹੀਮਪੁਰ ਦੇ ਵੀਰ ਹਰਵਿੰਦਰ ਸਿੰਘ ਜੀ ਵੀਰ ਜੀ, ਉਹਨਾਂ ਨੇ ਇਸ ਸੰਬੰਧ 'ਚ ਚਾਰ ਲੈਣਾ ਲਿਖੀਆਂ ਨੇ ਕਿ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਹੀਦੀ ਕੌਮ ਕਿਵੇਂ ਮਨਾ ਰਹੀ ਹੈ, ਕਿਵੇਂ ਉਸ ਮਹਾਨ ਜਰਨੈਲ ਨੇ ਸਰਹੰਦ ਫਤਿਹ ਕੀਤੀ, ਕਿਵੇਂ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜੀ 'ਚ ਗ੍ਰਿਫਤਾਰ ਕੀਤਾ ਗਿਆ, ਕਿਵੇਂ ਇਹਦੇ 4 ਸਾਲ ਦੇ ਪੁੱਤਲਾ ਕਲੇਜਾ ਕੱਢ ਕੇ ਬਾਪ ਦੇ ਮੂੰਹ 'ਚ ਗੁੰਨਿਆ ਗਿਆ। ਇਹ ਸਾਰੀਆਂ ਲੈਣਾਂ ਉਹਨਾਂ ਪਰੰਬਤ ਕੀਤੀਆਂ ਨੇ ਢਾਡੀ ਕਲਾ ਦੇ ਰੂਪ ਵਿੱਚ। ਭਾਵੇਂ ਆਪ ਜੀ ਨੇ ਨਗਰ ਕੀਰਤਨ ਜਿਹਨਾਂ ਰਸਤਿਆਂ ਥਾਣੀ ਨਿਕਲਿਆ ਵਿਚਰਿਆ ਤੁਸੀਂ ਸਵਾਗਤ ਕੀਤਾ ਹੋਵੇਗਾ, ਉਹ ਅਕਸਰ ਜੋ ਲੈਣਾ ਸਰਵਣ ਕੀਤੀਆਂ ਹੋਣਗੀਆਂ ਕਿ ਵੀਰ ਕਲਾਕਾਰ ਨੇ ਜੋ ਕਿ ਰਿਕਾਰਡਿੰਗ ਕਰਵਾਈਆਂ ਨੇ, ਪਰ ਮੈਨੂੰ ਢਾਡੀ ਕਲਾ ਦੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਕਮੇਟੀ ਵੱਲੋਂ ਹੁਕਮ ਲੱਗਾ ਸੀ ਕਿ ਗੁਰਦਾਸ ਨੰਗਲ ਦੀ ਗੜੀ 'ਤੇ ਜਦੋਂ ਨਗਰ ਕੀਰਤਨ ਤੁਰਿਆ ਉਦੋਂ ਮੈਂ ਇਹ ਲੈਣਾ ਢਾਡੀ ਕਲਾ ਦੇ ਰੂਪ 'ਤੇ ਸੁਣਾਈਆਂ, ਅਤੇ ਸ਼੍ਰੋਮਣੀ ਕਮੇਟੀ ਨੂੰ ਵਿਸ਼ੇਸ਼ ਦਾਸ ਦੇ ਜੱਥੇ ਨੂੰ ਉੱਥੇ ਸਨਮਾਨ ਦਿੱਤਾ ਗਿਆ, ਢਾਡੀ ਮੁਕਾਬਲੇ ਵਿੱਚ ਪਹਿਲਾ ਦਰਜਾ ਮਿਲਿਆ। ਉਹ ਲੈਣਾ ਮੈਂ ਆਪ ਸੁਣਾ ਕੇ ਆਪ ਜੀ ਪਾਸੋਂ ਖਿਮਾ ਮੰਗ ਰਿਹਾ। ਮੇਰੇ ਤੋਂ ਪ੍ਰਾਪਤ ਹੋਣ ਵਾਲਾ ਸਤਿਕਾਰ ਯੋਗ ਮੇਰੇ ਵੀਰ ਤੁਹਾਡਾ ਜੋ ਕਿ ਆਪਣੀ ਜਾਣ ਪਛਾਣ ਦੇ ਕੋਈ ਮਥਾਜ ਨਹੀਂ, ਚੜ੍ਹਦੀ ਕਲਾ ਵਾਲਾ ਜੱਥਾ ਸਟੇਜ 'ਤੇ ਬੈਠਾ, ਜੀ ਆਇਆਂ ਨੂੰ ਵੀਰ ਜੀ ਵੱਲੋਂ ਹੁਕਮ ਹੈ ਕਿ ਸੰਗਤ ਵਿੱਚ ਬੈਠੇ ਨੇ ਕਿ ਸਰਦਾਰ ਪਚਿੱਤਰ ਸਿੰਘ ਦੀ ਵਾਰ ਜ਼ਰੂਰ ਸੁਣਾਓ। ਮੈਂ ਕਿਸੇ ਦੇ ਹੱਕ ਉੱਤੇ ਛਾਪਾ ਨਹੀਂ ਮਾਰਨਾ ਚਾਹੁੰਦਾ, ਕਿਉਂਕਿ ਮੈਂ ਹੁਕਮ ਲੱਗਾ ਸਟੇਜ ਸਕੱਤਰ ਸਾਹਿਬ ਨੂੰ ਕਿ 5-7 ਮਿੰਟ ਉੱਤੇ ਹੋ ਜਾਣ, ਜ਼ਿਆਦਾ ਨਾ ਉੱਤੇ ਕਰਿਆ ਦੇ, ਅਤੇ ਮੈਂ ਉਸਦਾ ਦੇ ਹੁਕਮ ਅਨੁਸਾਰ ਹੀ ਇਹ ਚੀਜ਼ ਕਹਿ ਕੇ ਸਮਾਪਤੀ ਕਰਾਂ। ਫਿਰ ਜੇ ਮੇਰੇ ਕੋਲ ਸੁਣੀ 75 ਸਿੰਘ ਦੀ ਵਾਰ ਤੇ ਫਿਰ ਵੀ ਧਾਰ ਰੱਖ ਲਿਓ, ਫਿਰ ਕਦੀ ਸਮਾਂ ਬਣਿਆ ਸੁਣਾ ਦਾਂਗੇ। ਆਉਣ ਵਾਲਾ ਜਥਾ ਹਰ ਜੱਥੇ ਨੂੰ ਇਹ ਪੁੱਛਾ ਕੇ ਯਾਦ ਹੈ, ਜੇ ਉਹ ਸੁਣਾ ਦੇਣ ਤਾਂ ਬਹੁਤ ਵਧੀਆ ਗੱਲ ਹੈ। ਮੈਂ ਵੀਰ ਦੀ ਪਾਸੋਂ ਇਸ ਗੱਲ ਦੀ ਹੱਥ ਜੋੜ ਕੇ ਖਿਮਾ ਮੰਗਦਾ। ਉਹ ਲੈਣਾ ਮਹਾਨ ਜਰਨੈਲ ਦੀ ਚੜ੍ਹਦੀ ਕਲਾ ਦੀਆਂ ਮੈਂ ਆਪ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦਾ, ਕਿਉਂਕਿ ਜਿਸ ਮਹਾਨ ਜਰਨੈਲ ਦਾ ਆਪਾਂ 300 ਸਾਲਾਂ ਮਨਾਉਣ ਵਾਸਤੇ ਜੁੜ ਕੇ ਬੈਠੇ ਹਾਂ, ਜੋ ਕਿ ਮਨਾ ਰਹੇ ਹਾਂ, ਉਸ ਮਹਾਨ ਜਰਨੈਲ ਨੇ ਖਾਲਸਾ ਰਾਜ ਕਾਇਮ ਕੀਤਾ। ਜ਼ਿਮੀਂਦਾਰ ਭਰਾਓ ਇੱਕ ਗੱਲ ਯਾਦ ਰੱਖੋ, ਹਲ ਵਾਹੇ ਜ਼ਮੀਨ ਦਾ ਮਾਲਕ ਬਣਾਇਆ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਹਲ ਵਾਹੇ ਜ਼ਮੀਨ ਦੀ ਮਾਲਕੀ ਦਿੱਤੀ ਹੈ।
कोई अपने नाम से सिक्का जारी नहीं, कोई मोहर चालू नहीं की। धन गुरु नानक देव महाराज के नाम से सिक्का जारी करना, मोहर चालू करनी। महाराजा रणजीत सिंह ने 40 साल राज किया, यह कहना पवेगा कि साजी सल्तनत का राज सी, ते बाबा बंदा सिंह बहादुर ने 8 साल राज किया। बाबा बंदा सिंह बहादुर का एक निरोग खालसा राज, खालसा राज सी। ओ खालसा जिस खालसे बाद कलगी वाले पातशाह कहते ने खालसा मेरी जान की जान, खालसा मेरो पिंड प्राण, खालसा मेरो सज्जन सूरा, खालसा मेरो वचन का पूरा। जब लग खालसा रहे न्यारा, तब लग तेज दियो मैं सारा। जाबे कहे विपरन की रीत, तो मैं ना करूं इनकी प्रतीत। शायद आज यही कुछ साडे नाल हो रहा है। कोई सिद्धांत नहीं रहा, कोई कानून नहीं रहा, कोई सच की आवाज सुनने वास्ते तैयार नहीं रही। असी क्यों पराए पै गए हां? अरदास है पातशाह कौम समर्थ बख्शे। भरा मारू जंग ना करे, भरा मारू, भरा मारू जंग बड़ी भारी जे। एकता दी अरदास करो, पातशाह समर्थ बख्शे नु सरवण करना। कौम बाबा बंदा सिंह बहादुर दा 300 साल किवें मना रही है, ये कह के समाप्ति है। ढाडी यथा दो लेना है, इवें दस रहा।